जेकर तुसी साडे चैनल दी हर नवी वीडियो बारे वेले नाल जानकारी लेना चाहते हो तां फिर साडा चैनल सबसक्राइब करो ते नाल ही टल्ली दे बटन ते क्लिक करो। इस तरह असी जिवें ही कोई नवी वीडियो यूट्यूब उत्ते पावांगे तुहानू उसे वेले यूट्यूब वल्लों सुनिया मिल जाएगा। ते आओ हुण चलदे हां साडी अज दी कहानी वल। दुध पी के मुसलमान ते जट्टा ते दूजे लोकां ने बड़का मारिया। वड्डे आंदे हुंदे सी यार नभांदे यारियां। हां जी ठीक है। जेड़ा गद्याल है इहनू तां मैं आपदे अखां नाल वेख्या है ना। अच्छा यारी नभांदे नू प्यारिया तो फरीदकोट दे विच मेरा सक्का मसेर मारिया गया। एक सक्का मसेर एक सक्के मसेर का पुत्र। जो उठ के आया जो इन्हें भी खाद कर लिया उन्हें भी फिर उधर खाद लेके कर लिया। वो दिलीप सिंह ने वो बाबे ज्ञान सिंह का पुत्र सी अमर सिंह का भरा सी छोटा। अस्सलाम वालेकुम, सत श्री अकाल, प्रणाम। एक बार फिर तुहाडे नाल तुहाडा मित्र खयाम चौहान और अज असीं बैठे हां जी एक होर बजुर्गां दे नाल जिहड़े कि 1947 दे उजाड़ियां दे बहुत वड्डे गवाह ने, जिहड़े कि 1947 च बीते हालातां नूं चंगी तरह जाणदे ने और सानू सोहने तरीके नाल सोहने ढंग नाल दस सकते हैं। सेहत इन्हां दी अज भी जवाना रंगी है और सब तो वड्डी गल कि सेहत तो वध के इन्हां दा हौसला इन्हां दे गल करन दा अंदाज ओ जवाना तो वध के कड़क है। ते आओ बगैर वेला जाया कीतिआं गलबात करने आ साडे अज दे बजुर्गां दे नाल। बाबा जी अपना नां की है? मेरा नां जी अमीर। अमीर ते बाबा जी अमीर तुहाडे वालिद साहब दा की नां सी? मियां कमाल दीन वट्टू। मियां कमाल दीन वट्टू, कौम वट्टू जी। हां ते बाबा जी तुहाडा पिछला पिंड केड़ा सी? साडा पिंड सी जी चक टाली आला। चक टाली आला, हां। ए केड़े जिले च आंदा सी? ए जिला फिरोजपुर, तहसील भी फिरोजपुर ते थाना ममदोट। थाना ममदोट, हां। तहसील ओ जिला फिरोजपुर। फिरोजपुर बाबा जी दसो भी जो पाकिस्तान बने तो तुहाडी उम्र किन्नी सी? उदो मेरी उम्र 13 साल कोई 5-6 महीने दे लगभग। 13 साल कोई 5-6 महीने दे लगभग। इस वेले तुहाडी उम्र जिहड़ी है कोई 84-85 साल तो हो गई फिर? आपे तुसी हुण हिसाब कर लो। वाह जी वाह। ते इह सानूं दसो भी जिहड़ा तुहाडा पिंड सी चक टाली आला, उहदे आसे पासे दे पिंड किहड़े सी? ਉਹਦੇ ਆਸੇ ਪਾਸੇ ਪਿੰਡ ਦੀ ਚੜ੍ਹਦੇ ਪਾਸੇ ਸੀ ਚੱਕ ਦਿਹਾੜੀਆਂ ਵਾਲਾ। ਚੱਕ ਦਿਹਾੜੀਆਂ ਵਾਲਾ, ਹਾਂ। ਮੀਆਂ ਕੁਝ ਚੁੱਲਾ ਦਿਹਾੜੀਆਂ ਸੀ ਉੱਥੇ ਜ਼ਹਿਰਦਾਰ ਸੀ। ਉਹਦੇ ਚੋਂ ਥੋੜ੍ਹੀ ਜਿਹੀ ਐ ਸਾਈਡ ਤੇ ਗੁੱਜਰ ਸੀ। ਅੱਛਾ ਪਿੰਡ, ਠੀਕ ਹੈ। ਕੁਝ ਘਰ ਗੁੱਜਰਾਂ ਦੇ ਸੀ ਤੇ ਕੁਝ ਜੱਟਾਂ ਦੇ ਸੀ, ਠੀਕ ਹੈ। ਤੇ ਉਹਦੇ ਚੋਂ ਐਸ ਵੇਲੇ ਆ ਕੇ ਸਾਡੇ ਪਿੰਡ ਚੋਂ ਦੱਖਣ ਦੇ ਵਿੱਚ ਸ਼ਾਮ ਸਿੰਘ ਵਾਲਾ ਸੀ, ਸ਼ਾਮੂ ਸ਼ਾਮੂ ਵਾਲਾ ਆਉਂਦੇ ਸੀ। ਅੱਛਾ, ਠੀਕ ਹੈ। ਤੇ ਉਹਦੇ ਦੇ ਲਹਿੰਦੇ ਪਾਸੇ ਕਾਗਜ਼ਾਂ ਦੇ ਵਿੱਚ ਚੋਕ ਟਹਿਰ ਸਿੰਘ ਸੀ ਤੇ ਉਵੇਂ ਚੋਕ ਗਿਆਨੀ ਵਾਲੀ ਬੜੀ ਮਸ਼ਹੂਰ ਸੀ। ਗਿਆਨ ਸਿੰਘ ਜਿਹੜਾ ਜੱਟ ਸੀ ਨਾ ਉਹ ਮਾਰੇ ਧਾਰਿਆ ਹਬਲ ਦਾ ਸੀ। ਅੱਛਾ, ਠੀਕ ਹੈ। ਤੇ ਕੁਝ ਬਾਰੇ ਮਨੇ ਆ ਜਾਂਦਾ ਸੀ ਆਪਣੇ ਮਾਛੀ ਵਾਲਾ ਮਹਿਮਾ। ਅੱਛਾ, ਇਹ ਪਿੰਡ ਆ ਜਾਂਦੇ। ਠੀਕ ਹੈ, ਠੀਕ ਹੈ। ਪਿੰਡ ਤਾਂ ਤੁਹਾਨੂੰ ਸਾਰੇ ਯਾਦ ਨੇ ਫਿਰ? ਹਾਂ, ਪਿੰਡ ਰਿਸ਼ਤੇਦਾਰ ਸੀ ਜਿਹੜੇ ਚੋਕ ਦੇ ਇੱਥੇ ਕੱਤੀ ਚ ਬੈਠੇ ਨੇ ਉਹ ਗੁਰਜਦੇ ਸੀ। ਹਾਂਜੀ, 32 ਚ ਬੈਠੇ ਨੇ ਉਹ ਮੀਆਂ ਸ਼ਫੀ ਖੋਖਰ ਕਾਲੇ ਟਿੱਬੇ ਦਾ ਸੀ, ਠੀਕ ਹੈ, ਹਿੰਦੁਸਤਾਨ ਦੇ ਵਿੱਚ, ਠੀਕ ਹੈ। ਤੂਰ ਸੀ
ਉੱਥੇ ਰਿਸ਼ਤੇਦਾਰੀ ਸੀ ਹਾਂ ਉੱਥੇ ਰਾਇਕਵਾਰ ਸਨ ਬੁਰਜ ਚ ਵੀ ਰਾਇਕਵਾਰ ਸਨ ਠੀਕ ਹੈ ਉਹ ਆਪਣੇ ਕੋਈ ਕੱਚੀ ਚ ਬੈਠੇ ਨੇ ਤੇ ਕੁਝ ਆਪਣੇ ਉਜਰੇ ਬੈਠੇ ਨੇ ਠੀਕ ਹੈ ਅੱਛਾ ਤੁਹਾਡੇ ਇਹ ਪਿੰਡ ਸਾਰੇ ਵੇਖੇ ਭਾਲੇ ਸੀ ਉੱਥੇ ਮੈਂ ਸਾਰਿਆਂ ਪਿੰਡਾਂ ਨੂੰ ਜਾਣ ਆਉਂਦੇ ਜਾਂਦੇ ਵੀ ਰਹੇ ਹੋ ਆਉਂਦੇ ਜਾਂਦੇ ਵੀ ਤੇ ਨਿੱਕੀਆਂ ਵਿਆਹਾਂ ਤੇ ਵੀ ਜਾਂਦੇ ਹੈ ਨਿੱਕੇ ਹੁੰਦਿਆਂ ਤੋਂ ਤੁਰੇ ਫੇਰੇ ਦਾ ਸ਼ੌਕ ਸੀ ਫਿਰ ਤੁਹਾਨੂੰ ਤੇ ਆਪ ਤੈਨੂੰ ਪਤਾ ਸਾਡੇ 13 ਸਾਲ ਦੀ ਉਮਰ ਸੀ ਅੱਛਾ ਤੇ ਜਿਹੜੇ ਬੰਦਾ ਹੁਣ ਦੇ ਤਾਂ ਵੱਡੇ ਸਾਈਕਲ ਵੀ 12 ਸਾਲਾਂ ਦੇ ਵੀ ਰੋਂਦੇ ਰਹਿੰਦੇ ਨੇ ਅੱਛਾ ਹਾਂਜੀ ਹਾਂ ਕਿ ਉਹਦੇ ਤਾਂ ਸਾਈਕਲ ਵੀ 5 ਸਾਲਾਂ ਦੇ ਬੱਚੇ ਸਾਈਕਲ ਬੜਕਾ ਮਾਰਦੇ ਉਹ ਵਾਹ ਜੀ ਵਾਹ ਵਾਹ ਜੀ ਵਾਹ ਸਾਰੀ ਜ਼ਮੀਨ ਦੀ ਤਾਕਤ ਤੇ ਉਹ ਕੀਤੀ ਅੱਛਾ ਤੇ ਹੁਣ ਚੱਲ ਪਿਆ ਨਸ਼ਾ ਕਰ ਵੀ ਆ ਸਪਰੇਵਾਂ ਜਿਨ੍ਹਾਂ ਨੇ ਬੇੜੇ ਗਰ ਕਰ ਦਿੱਤੇ ਨੇ ਆਉਣ ਵਾਲੀਆਂ ਨਸਲਾਂ ਦੇ ਵਿੱਚ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਤੇ ਸਪਰੇਵਾਂ ਮੈਂ ਆਪ ਦੀ ਜ਼ਿੰਦਗੀ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਇੱਥੋਂ 50 ਸਾਲ ਵੀ ਪਹਿਲੇ ਕੋਈ ਪ੍ਰੇਸ਼ਨ ਨਹੀਂ ਵੇਖਿਆ ਸੀ ਜੋ ਹੁਣ ਸਾਰੀ ਪੈਦਾਇਸ਼ ਪ੍ਰੇਸ਼ਨਾਂ ਤੇ ਹੋ ਗਈ ਆ ਗੱਲ ਤੁਹਾਡੀ ਬਿਲਕੁਲ ਸਹੀ ਹੈ ਵੀ ਉਦੋਂ ਕੋਈ ਆਪਰੇਸ਼ਨ ਨਹੀਂ ਹੁੰਦਾ ਸੀ ਤੇ ਉਹ ਗਾਵਾਂ ਮੱਝੀ ਸੀ ਜਿਹੜੀਆਂ ਉਹਨਾਂ ਨੇ ਬੂਟੀਆਂ ਚੜਨੀਆਂ ਉਹਨਾਂ ਦੇ ਦੁੱਧ ਪੀਣੇ ਹਾਂਜੀ ਤੇ ਦੁੱਧ ਪੀ ਕੇ ਤੇ ਮੁਸਲਮਾਨਾਂ ਤੇ ਜੱਟਾਂ ਤੇ ਦੂਜਿਆਂ ਲੋਕਾਂ ਨੇ ਬੜਕਾ ਮਾਰੀਆਂ ਤੁਹਾਡਾ ਭਲਾ ਜੇ ਤੁਹਾਡਾ ਬਾਬਾ ਅੱਜ ਵੀ ਗੱਭਰੂ ਹੈ ਬਾਈ ਅੱਛਾ ਇਹ ਦੱਸੋ ਬਈ ਜਦੋਂ ਤੁਸੀਂ ਦੱਸਦੇ ਪਏ ਹੋ ਵੀ ਉਦੋਂ ਦੇਸੀ ਖੁਰਾਕਾਂ ਖਾਧੀਆਂ ਜਾਂਦੀਆਂ ਸੀ ਤੇ ਬੱਚਾ ਪੈਦਾ ਹੁੰਦਾ ਸੀ ਬਾਲ ਜੰਮਦਾ ਸੀ ਤੇ ਉਦੋਂ ਮਾਵਾਂ ਨੇ ਵੀ ਫਿਰ ਦੇਸੀ ਖੁਰਾਕਾਂ ਖਾਣੀਆਂ ਹੁੰਦੀਆਂ ਸੀ ਮੈਂ ਸੁਣਿਆ ਵੀ ਤੁਸੀਂ ਦੱਸਦੇ ਹੁੰਦੇ ਹੋ ਕਿ ਤੁਸੀਂ ਜਦੋਂ ਜੰਮੇ ਹੋ ਤੇ ਬੜਾ ਤੁਹਾਡੇ ਜਿਹੜੇ ਵਾਲਦਾ ਸਾਹਿਬਾ ਸਨ ਬੀਬੀ ਹਰੀ ਕੀ ਖਾਧਾ ਸੀ ਉਹਨਾਂ ਨੇ ਨਹੀਂ ਸੁਣਿਆ ਗੱਲ ਹਾਂ ਇਹ ਪੰਜਾਬੀ ਦੀ ਬਾਲ ਬਾਤ ਬੜੀ ਮਸ਼ਹੂਰ ਹੈ ਹਾਂ ਜਿਹੜਾ ਬੱਚਾ ਸਾਰਿਆਂ ਤੋਂ ਪਿੱਛੇ ਜੰਮਦਾ ਸੀ ਨਾ ਉਹਨੂੰ ਆਉਂਦੇ ਸੀ ਇਹ ਪੇਟ ਘਰੋੜੀ ਦਾ ਪੇਟ ਘਰੋੜੀ ਦਾ ਬਿਲਕੁਲ ਇੰਜੀ ਅਜੇ ਵੀ ਮਸਾਲਾ ਹੈ ਇਸੇ ਤਰ੍ਹਾਂ ਹਾਂਜੀ 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 ਜੀ ਜੀ ਤੇ ਮੈਂ ਸਾਰੇ 6 ਭੈਣ ਭਰਾ ਸਨ ਅੱਛਾ ਤੇ ਮੈਂ 6 ਤੋਂ ਛੋਟਾ 6 ਤੋਂ ਛੋਟੇ ਹੋ ਤੁਸੀਂ ਹਾਂ ਠੀਕ ਹੈ ਤੇ ਉਹ ਜੋ ਦੇਸੀ ਦੌਰ ਸੀ ਅੱਛਾ ਦੇਸੀ ਖੁਰਾਕਾਂ ਸੀ ਠੀਕ ਹੈ ਹਾਂਜੀ ਹਾਂ ਤੇ ਉਹ ਮੇਰੀ ਮਾਂ ਦੀਆਂ ਸਹੇਲੀਆਂ ਹਾਂ ਉਹ ਦੱਸਦੀਆਂ ਹੁੰਦੀਆਂ ਅੱਛਾ ਬੇਬੇ ਤੂੰ ਕੀ ਖਾਂਦੀ ਸੀ ਹਾਂਜੀ ਤੇ ਉਹਨੇ ਆਖਿਆ ਜਦੋਂ ਮੇਰਾ ਪੁੱਤਰ ਆ ਨਿੱਕਾ ਜੰਮਿਆ ਨਾ ਪੇਟ ਘਰੋੜੀ ਦਾ ਹਾਂਜੀ ਠੀਕ ਹੈ ਦੇਸੀ ਮਾਣ ਘਿਓ ਮੂੰਹ ਨਾਲ ਆਖਣੇ ਉਹ ਤੁਹਾਡਾ ਭਲਾ ਹੋ ਜਾਏ ਤੁਹਾਡਾ ਅੱਛਾ ਤੇ ਮਾਣ ਸਭਾ ਮਾਣ ਛੋਲੇ ਦੇਸੀ ਪਨੀਰੀਆਂ ਬਣਾ ਕੇ ਮਾਈਆਂ ਖਾਂਦੀਆਂ ਵਾਹ ਜੀ ਵਾਹ ਵਾਹ ਜੀ ਵਾਹ ਜੀ ਵਾਹ ਇੱਕ ਗੱਲ ਤੈਨੂੰ ਮੈਂ ਗੁਰਜੀ ਹੋਰ ਦੱਸ ਰਿਹਾ ਜਿਹੜੀਆਂ ਮੈਂ ਆਪਦੇ ਕੰਨਾਂ ਨਾਲ ਸੁਣੀਆਂ ਨੇ ਠੀਕ ਹੈ ਮੇਰੀ ਵਾਲਦਾ ਇਹ ਨਹੀਂ ਸੀ ਵੀ ਕਿ ਗਰੀਬ ਘਰ ਦੀ ਸੀ ਹਾਂ ਚੰਗੇ ਭਲੇ ਪੁੱਜਦੇ ਜਾਇਦਾਦ ਅੱਛਾ ਹਾਂਜੀ ਹਾਂ ਸੀਰੀ ਵੀ ਹੈਗੇ ਸੀ ਹਾਂ ਜਿਸਨੇ ਉੱਠਣਾ ਪਿਛਲੀ ਰਾਤੀ ਬਿਸਮਿਲ੍ਲਾ ਸ਼ਰੀਫ ਪੜ੍ਹ ਲਈ ਠੀਕ ਹੈ ਤਜਦ ਪੜ੍ਹ ਲਈ ਵਾਜੀ ਵਾ ਹਾਂਜੀ ਹਾਂ ਫਿਰ ਬਿਸਮਿਲ੍ਲਾ ਪਾ ਕੇ ਪੜ੍ਹ ਕੇ ਦਾਣੇ ਫੜਨੇ ਹਾਂ ਬਿਸਮਿਲ੍ਲਾ ਪੜ੍ਹ ਕੇ ਤੇ ਪੀੜੀ ਡਾਵਣੀ ਵਾਹ ਬਿਸਮਿਲ੍ਲਾ ਪੜ੍ਹ ਕੇ ਤੇ ਚੱਕੀ ਚ ਗੱਲਾ ਪਾਉਣਾ ਉਦੋਂ ਖਰਾਸ ਇੰਨੇ ਆਮ ਨਹੀਂ ਸੀ ਖਰਾਸ ਵੀ ਨਹੀਂ ਹੈਗੇ ਸੀ ਚੱਕੀਆਂ ਤੇ ਪੀਂਦੇ ਸੀ ਚੱਕੀਆਂ ਤੇ ਪੀਂਦੇ ਤੇ ਬਿਸਮਿਲ੍ਲਾ ਪੜ ਕੇ ਗੇੜਾ ਦੇਣਾ ਹਾਂਜੀ ਠੀਕ ਹੈ ਬਿਸਮਿਲ੍ਲਾ ਪੜ ਕੇ ਸਾਈਕਲ ਵੀ ਆਟਾ ਕੱਢਣਾ ਤੇ ਬਿਸਮਿਲ੍ਲਾ ਪੜ ਕੇ ਸਾਈਕਲ ਵੀ ਉਹਨੂੰ ਗੁੰਨਣਾ ਤੇ ਬਿਸਮਿਲ੍ਲਾ ਪੜ ਕੇ ਤੇ ਰੋਟੀ ਪਕਾਉਣੀ ਬਿਲਕੁਲ ਠੀਕ ਹੈ ਹਾਂਜੀ ਹਰ ਚੀਜ਼ ਹੁਣ ਹਰ ਚੀਜ਼ ਤੇ ਮੁਸਲਮਾਨ ਗਏ ਬਰਕਤਾਂ ਰਹੀਆਂ ਰੱਬ ਸੋਹਣੇ ਦਾ ਨਾਂ ਲਿਆ ਬਰਕਤ ਆਉਂਦੀ ਸੀ ਹਰ ਚੀਜ਼ ਦੇ ਵਿੱਚ ਅੱਛਾ 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 ਇਸ ਤਰ੍ਹਾਂ ਦੇ ਹਾਲਾਤ ਮੈਨੂੰ ਪਤਾ ਵਡੇਰੀ ਉਮਰ ਦੀਆਂ ਮਾਈਆਂ ਜਿਵੇਂ ਹੁਣ ਮੈਂ ਆ ਠੀਕ ਹੈ ਮੇਰਾ ਭਾਈਜਾਨ ਮਹਿਮੂਦ ਸਾਹਿਬ ਬੈਠੇ ਨੇ ਡੂਗਰ ਸਾਹਿਬ ਠੀਕ ਹੈ ਹਾਂਜੀ ਠੀਕ ਹੈ ਉਹ ਮਾਈਆਂ ਜਿਸਲੇ ਬਹਿੰਦੀਆਂ ਨਾ ਵਿਆਹ ਦੀਆਂ ਪੈੜੀਏ ਟੋਕਾਂ ਆਉਂਦਾ ਮੁੜ ਕੇ ਨੀਂਦਰ ਨਹੀਂ ਆਉਂਦੀ ਅੱਛਾ ਤੇ ਮੈਂ 8 ਨਵਾਂ ਸਾਲਾਂ ਦਾ ਸਾਂ
ਤੇ ਯਕੀਨ ਕਰਕੇ ਜਾਣੀ ਮੈਂ ਆਪਦੇ ਦਿਲ ਚਾਹੁੰਦਾ ਵੀ ਬੁੱਢੀਆਂ ਕੂੜ ਕਿਵੇਂ ਪਈਆਂ ਮਾਰਦੀਆਂ ਨੇ। ਅੱਛਾ, ਸ਼ਾਮ ਵੇਲੇ ਸੌਂ ਜਾਈਦਾ ਤੇ ਸੂਰਜ ਨਿਕਲਿਆ ਹੁੰਦਾ, ਮਾਂ ਧੂਣ ਧੂਣ ਕੇ ਉਠਾਉਣ ਦੀ ਕੋਲੋ ਸੂਰਜ ਨਿਕਲਿਆ, ਸੂਰਜ ਨਿਕਲਿਆ। ਅੱਛਾ, ਹਾਂਜੀ, ਤੇ ਪੁੱਤਰਾ ਹੁਣ ਉਹ ਗੱਲਾਂ ਯਾਦ ਆਉਂਦੀਆਂ। ਹਾਏ 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 ਹਾਏ, ਬਿਲਕੁਲ ਹੁਣ ਉਹ ਗੱਲਾਂ ਯਾਦ ਆਉਂਦੀਆਂ। ਹੁਣ ਜਦੋਂ ਨੀਂਦਰਾਂ ਨਹੀਂ ਪੈਂਦੀਆਂ ਤੇ ਉਹ ਗੱਲਾਂ ਯਾਦ ਆਉਣੀਆਂ। ਵਜ੍ਹਾ ਸੋਚੀ ਪਿਆ ਤੇ ਬੰਦਾ ਗਿਆ। ਬਿਲਕੁਲ ਠੀਕ ਹੈ। ਹੁਣ ਸੱਤ ਤਾਏ ਦੇ ਉਹ ਵੀ ਇੱਕ ਨਾ ਰਿਹਾ। ਠੀਕ ਹੈ, ਛੇ ਅਸੀਂ ਸਾਂ, ਇੱਕ ਫਿਰਨਾ, ਤਿੰਨ ਮਾਮੇ ਸੀ, ਇੱਕ ਦੇ ਸੱਤ ਸੀ, ਉਹਨਾਂ ਚੋਂ ਵੀ ਨਾ ਕੋਈ ਰਿਹਾ। ਅੱਛਾ, ਇੱਕ ਮਾਮੇ ਦੇ ਦੋ ਸੀ, ਉਹਨਾਂ ਚੋਂ ਵੀ ਕੋਈ ਨਾ ਰਿਹਾ। ਇੱਕ ਮਾਮੇ ਦੇ ਦੋ ਸੀ, ਉਹਨਾਂ ਚੋਂ ਵੀ ਕੋਈ ਨਾ ਰਿਹਾ। ਕਿਉਂ ਜੀ ਨੇ ਜਾਗ ਆਂਦੀ ਨਿਗਾਹ ਮਾਰਨੀ, ਹਾਂਜੀ, ਕੇਲਾ ਦੇ ਸਵਾ ਕੌਣ ਹੈ? ਕੋਈ ਵੀ ਨਹੀਂ। ਬਿਲਕੁਲ ਸਹੀ ਹੈ। ਉਹ ਤੁਹਾਡੀ ਪੂਰੀ ਦੀ ਪੂਰੀ ਪੀੜ੍ਹੀ ਜਿਹੜੀ ਸੀ ਉਹ ਹੁਣ ਨਹੀਂ ਹੈ। ਹੁਣ ਨਹੀਂ, ਪੂਰਾ ਪੂਰੀ ਖਤਮ ਹੋ ਗਿਆ। ਇਹ ਜਿਹੜੇ ਮੇਰੇ ਮਾਮੇ ਸੀ, ਇਹ 718 ਕੋਲ ਸੀ, ਵੱਟੂ ਮਰਾੜ ਮਸ਼ਹੂਰ ਪਿੰਡ। ਵੱਟੂ ਮਰਾੜ? ਆ, ਦੋ ਪਿੰਡ ਸੀ, ਇੱਕ ਮਰਾੜ ਸੀ, ਇੱਕ ਵੱਟੂ ਸੀ। ਮੇਰੇ ਨਾਨਕੇ ਸੀ ਜਿਹੜੇ, ਉਹ ਵੱਟੂਏ ਰਹਿੰਦੇ ਸੀ। ਅੱਛਾ, ਤੁਹਾਡੇ ਨਾਨਕੇ ਵੱਟੂਆਂ ਦੇ ਵਿੱਚ ਰਹਿੰਦੇ ਸੀ? ਹਾਂ, ਜਿਹੜਾ ਮੁਕਤਸਰ ਦੇ ਕੋਲ ਹੈ। ਹਾਂ, ਤਹਿਸੀਲ ਮੁਕਤਸਰ ਸੀ। ਅੱਛਾ ਅੱਛਾ ਅੱਛਾ, ਛੋਲੇ ਜਿਹੜੇ ਨੇ ਉਹ, ਇਸ ਤੋਂ ਇਲਾਵਾ ਕੀ ਖਾਂਦੇ ਪੀਂਦੇ ਸੀ? ਇਸ ਤੋਂ ਇਲਾਵਾ ਖਾਂਗੜ ਮੈਂ ਹੁੰਦੀ। ਖਾਂਗੜ ਮੈਂ? ਹਾਂ, ਠੀਕ ਹੈ। ਕਤੀਰਾ ਗੁੰਦਰ ਹੁੰਦੀ ਸੀ। ਕਤੀਰਾ ਗੁੰਦਰ? ਅੱਛਾ, ਉਹ ਇੰਨੀ ਕੁ ਕੁੱਟ ਕੇ ਪਾ ਲੈਣੀ। ਇੰਨੀ ਕੁ ਕੁੱਟ ਕੇ? ਵਾਹ ਜੀ ਵਾਹ, ਪਾਣੀ ਦੇ ਵਿੱਚ। ਹੁਣ ਤਾਂ ਨੇ ਭਾਂਡੇ ਬਲੈਚੀ। ਜੀ ਜੀ ਜੀ, ਮੈਂ ਹੁਣ ਸ਼ਹਿਰਾਂ ਚ ਜਾਣਾ ਗਾ ਤੇ ਉੱਥੇ ਚਾਹ ਪਿਆਉਂਦੇ ਨੇ ਤੇ ਉਹ ਤਿੰਨ ਤਿੰਨ ਘੁੱਟ ਦਾ ਕੱਪ ਹੈ। ਅੱਛਾ, ਹਾਂਜੀ, ਠੀਕ ਹੈ। ਤੇ ਉੱਥੇ ਆਹ ਤਿੰਨ ਪਾ ਦਾ ਗਲਾਸ ਹੁੰਦਾ ਸੀ। ਹਾਂਜੀ, ਠੀਕ ਹੈ। ਤੇ ਕੌਲਾ ਹੁੰਦਾ ਸਾ, ਇਹਦਾ ਕੰਮ ਸੇ ਕੰਮ ਵੀ ਗੂੰਦ ਕਤੀਰਾ ਭਰਿਆ, ਉਹਨੇ ਭਰਿਆ ਜਾਣਾ, ਉਹ ਭਰਿਆ ਜਾਂਦਾ, ਉਹ ਫੁੱਲ ਚ ਜਾਂਦੀ, ਉਹ ਇੰਨੀ ਘੋਗਣੀ ਚ ਇੰਨੀ ਬਣ ਜਾਂਦੀ। ਠੀਕ ਹੈ, ਖਾਂਗੜ ਮੈਂ ਵੇਖੇ ਚੋਵਣੀ। ਅੱਛਾ, ਹਾਂਜੀ, ਠੀਕ ਹੈ। ਦੂਰ ਸ਼ੇਰ ਰਾਤ ਤਿੰਨ ਪਾਰ, ਦੋ ਸ਼ੇਰ ਸ਼ੇਰ, ਜਿੰਨਾ ਕੁ ਕਿਸੇ ਦਾ ਵਜੂਦ ਹੁੰਦਾ। ਬਿਲਕੁਲ ਠੀਕ ਹੈ। ਗਰੀਬ ਵੀ ਖਾਂਦਾ ਸੀ ਤੇ ਅਮੀਰ ਵੀ ਖਾਂਦਾ ਸੀ। ਬਿਲਕੁਲ ਠੀਕ ਹੈ। ਹਾਂਜੀ, ਅੱਛਾ, ਦੇਸੀ ਘਿਓ ਸੀ, ਉਹ ਵੀ ਤੈਨੂੰ ਸੁਣਾ ਰਿਹਾ। ਮੇਰਾ ਭਾਈ ਸੀ ਵੱਡਾ, ਮੰਦਲੀ ਸੀ ਉਹਦਾ ਨਾਮ। ਠੀਕ ਹੈ। ਉਹ ਘਿਓ ਫਿਰੋਜ਼ਪੁਰ ਵੇਚਣ ਗਿਆ, 20 ਸ਼ੇਰ ਦਾ ਦੇ ਕੇ ਮੇਰੀ ਮਾਂ ਨੇ ਉਹਨੂੰ ਦੇ ਦਿੱਤਾ। ਅੱਛਾ, ਜਿਹਨੇ ਉਹ ਗਿਆ ਤੇ ਵੇਚਿਆ ਲੋਲੇ। ਅਲਾ ਬਾਈ ਕੇ ਮੇਰੇ ਪਿਓ ਨੇ ਪੁੱਛਿਆ, ਪੁੱਛਣਾ ਕੀ ਭਾਅ ਵਿਕਿਆ? ਅਖੇ ਬਾਬਾ ਜੀ 90,000 ਰੁਪਈਏ ਦਾ ਸਵਾ ਸੇਰ। ਰੁਪਈਏ ਦਾ ਸਵਾ ਸੇਰ? ਸਵਾ ਸੇਰ। ਅੱਛਾ, ਯਕੀਨ ਕਰਕੇ ਜਾਣੀ, ਰੁਪਈਏ ਦਾ ਸਵਾ ਸੇਰ। ਅੱਛਾ, ਕਿਉਂ? ਅੱਜ ਹਜ਼ਾਰਾਂ ਨੂੰ ਸੇਰ, ਹਜ਼ਾਰ ਨੂੰ ਉਹ ਵੀ ਅਸਲੀ ਨਹੀਂ ਹੁੰਦਾ। ਅਸਲ ਨਹੀਂ ਮਿਲਦਾ, ਮਿਲਦਾ ਅਸਲ ਨਹੀਂ ਮਿਲਦਾ। ਬਿਲਕੁਲ ਇਸੇ ਤਰ੍ਹਾਂ, ਮੇਰੇ ਪਿਓ ਨੇ ਆਖਿਆ ਅੱਜ ਪਿੱਛੇ ਬਿਲਕੁਲ ਨਹੀਂ ਦੇਣਾ, ਡੰਗਰਾਂ ਨੂੰ ਪਾਓ, ਆਪ ਖਾਓ। ਉਹ ਇੱਥੇ ਰੱਖ ਬਈ। ਅੱਛਾ, ਹੁਣ ਜਿਸਨੇ ਆ ਕਣਕਾਂ ਆਉਂਦੀ ਸੀ ਆੜੀ, ਤੇ ਗਰੀਬ ਤੋਂ ਗਰੀਬ ਵੀ ਨਾ 5-6 ਘਿਓ ਖਾਂਦਾ ਦੇਸੀ, ਕਣਕ ਵੱਢਣੀ ਹੈ ਬਈ। ਅੱਛਾ, ਹਾਂਜੀ, ਦੇਸੀ ਘਿਓ ਇੰਨੇ ਹੁੰਦੇ ਸੀ ਉਦੋਂ? ਇੰਨਾ ਆਮ ਹੁੰਦਾ ਸੀ ਤੇ ਇੰਨਾ ਖਾਲਸ ਹੁੰਦਾ ਸੀ। ਉਹ ਵਜ੍ਹਾ ਇਹਨਾਂ ਪੁੱਤਰ, ਉਦੋਂ ਸੀ ਸਭ ਚੀਜ਼ ਹੀ ਦੇਸੀ, ਇਹੋ ਇਹੋ ਜਿਹੀਆਂ ਦੇਸੀ ਬੂਟੀਆਂ ਸੀ ਤੇ ਹੋ ਸਕਦਾ ਸਨੈਕਸੀਆਂ ਨੂੰ ਪਤਾ, ਸਾਨੂੰ ਨਹੀਂ ਪਤਾ। ਇੱਕ ਬੂਟੀ ਦਾ ਪਤਾ, ਉਹ ਮੈਂ ਅਜੇ ਵੀ ਵਰਤਦਾ। ਅੱਛਾ, ਉਹ ਤੈਨੂੰ ਦੱਸ ਦੇਣਾ, ਦੱਸੋ। ਹਿੰਦੁਸਤਾਨ ਦੇ ਵਿੱਚ ਹੁੰਦਿਆਂ ਜਿਸਦੇ ਆਉਂਦਾ ਨਾ ਜੇਠ ਤੇ ਲੋ ਪੈਂਦੀ ਤੇ ਸ਼ਿਕਾਰ ਖੇਡਦੇ ਤੇ ਮੇਰਾ ਪਿਓ ਆਉਂਦਾ ਜੁਆਇੰਟ, ਚਲੋ ਜੁਆਇੰਟ ਸਹੀ ਲੱਭੇਗਾ, ਜੁਆਇੰਟ ਤੋਂ ਸਹੀ ਲੱਭੇਗਾ। ਠੀਕ ਹੈ, ਜੁਆਇੰਟ ਠੰਡਾ ਹੁੰਦਾ। ਠੀਕ ਹੈ, ਠੀਕ ਹੈ।
मैं हर साल कुली बना ना कदे जेल च तेरा मौका लगे ना तो 5 मिनट आके वेख लवी। ठीक है, साल जरूर आवांगे। अल्लाह बच के ना मेरे सके मामे दी बेटी सी बिलकुल गर्मी च फौत हो गई ते मैं बूटी लियांदी वड के बंदे कले बूटी लियांदे। ठीक है, ओ 2 दिन मैं अगे वड के लियांदी अज ओ फौत हुई बंद आख्या मंजा चलता जाए आंदू ए थां बन जाए हर शह को लोग वेखन भी बाबे मीर ने की बनाता चाचे। अच्छा हां जी अच्छा असि तेरे पता 2 घंटे तो लग ही जाते दफनावन ते जी हां बिलकुल 2 घंटे लग गए रेता सटी पानी तरौकिया ओ जवा मने मने खड़ा कर दिता उत्ते छप्पर पाया असी अपने जंतर का सजना कर। ठीक है, इसलिए उत्थे बैठे बंदे आके वेखनी आ रहे कि इत उसी रोड तो हाँ ऐ मिया दमान औकाड़े से रहने वाला। ठीक है, ये फायदा वास्ते आया तो ले फायदा आखो पुत्रा ऐ दुआ पे मंगे ते नाले झूले खावे। अच्छा, ऐ मिया जी सरवर बत्ती मी शफी दा पुत्र साहब दा। ठीक है, ते भाव पार क्या दा दूजा होश कर के ने डोले खान ओए आंदा बाबे नीर दा देसी एसी ए ते तल्ली दे बदो बड़ी पिया। क्या बात है, क्या बात है। ओ तू देसी एसी भी तुसी अपने आप ही बना लेंदे सी? हां जी, आप अजे भी मैं बना। अच्छा वाह जी वाह। अच्छा बाबा जी ये दसो भी तुहाडे उत्थे लागे शहर केड़ा लगदा सी तुहानू? फिरोजपुर। किन्नी क दूर सी? 7 मील। 7 मील सी टाली वाले तो? अच्छा, दाना गला उत्थे ते मंडी गुरु साहिब दी। गुरु साहिब भी तुहाडे कोल ही सी? हां, ओह 5-6 मील। ओह 5-6 मील सी। सानू ये दसो भी तुहाडा पिंड किड्डा क सी उदो? पिंड साडा छोटा ही। छोटा सी? किन्नियां नंबरदारियां सन? इक ही। कौन सी ओ नंबरदार? मेरा चाचा लगदा मियां मामा यार। मियां मोहम्मद हयात? आओ टपरेणी बैठे ने ओदी विराज ओ जाए वड्डा पुत्र दे साहबजादे इत्थे बैठे। अच्छा, इस जिहड़ा तुहाडा पिंड सी टाली वाला, इहदे च किहड़ी किहड़ी बरादरियां बैठियां सन? इहदे च 5 घर साई दे बटुआ दे। 5 घर बटुआ दे सन? नंबरदार मियां मामा हयात ते मेरा प्यो ते मेरा ता कमाल जी ते जलाल जी। ठीक है, ते बाकी 4 भरा सी ओ उना दे ना दूसरी तीसरी पीढ़ी तो डालते सी। ठीक है, एक माले खां, एक सरदारा, एक जल्ला, एक सिकंदर। ठीक है, ठीक ठीक। 2 घर कमाल जी ते जलाल जी ते 4 घर माला सरदारा सिकंदर ते जल्ला ते 1 घर मम्मी याद दा। अच्छा, ਇਹ ਬਟੂਆਂ ਦੇ 5 ਘਰ ਸੀ ਤੇ ਇਸ ਤੋਂ ਇਲਾਵਾ ਕਿਹੜੀ ਬਰਾਦਰੀਆਂ ਸੀ? ਬਾਕੀ ਸੀ ਸਾਰੇ ਗਰੀਬ ਲਿਆਂਦੇ, ਗਰੀਬ ਗੁਰਬਾ ਸੀ ਬਾਕੀ। ਸ਼ੇਖਾਂ ਦੇ ਮਸਲੀਆਂ ਦੇ ਘਰ ਸੀ, ਜਲਾਂ ਦੇ ਘਰ ਸੀ, ਘਨਿਆਰਾਂ ਦੇ ਘਰ ਸੀ, ਮਰਾਸੀਆਂ ਦੇ ਘਰ, ਮਰਾਸੀਆਂ ਦੇ ਘਰ। 1 ਘਰ ਸੀ ਜਿਹੜਾ ਉਹ ਕਮਾਲ ਜੀ ਤੇ ਜਲਾਲ ਜੀ ਦਾ ਜਿਹੜਾ ਸੱਕਾ ਮਾਮਾ ਸੀ ਉਹ ਵਲੀ ਮਾਮਾ ਸੀ। ਬਿਲਕੁਲ ਠੀਕ। ਉਹਦਾ ਬਾਬਾ ਬਲੂ ਸੀ, ਉਹ ਇੱਥੇ ਹੀ ਰਹਿੰਦਾ। ਬਿਲਕੁਲ ਠੀਕ। ਇਹ ਦੱਸੋ ਵੀ ਆਸੇ ਪਾਸੇ ਦੇ ਪਿੰਡਾਂ ਵਿੱਚ ਮੁਸਲਮਾਨ ਆਬਾਦ ਸੀ ਤੁਹਾਡੇ? ਸਾਡੇ ਚੜ੍ਹਦੇ ਮਨੇ ਜਿਹੜਾ ਸੀ ਪਿੰਡ ਚੱਕ ਦਿਹਾੜੀਆਂ ਵਾਲਾ ਤੈਨੂੰ ਅੱਗੇ ਦੱਸਿਆ। ਠੀਕ ਹੈ, ਉਹ ਸਾਰੇ ਮੁਸਲਮਾਨ। ਇਹ ਕਿਹੜੀ ਬਰਾਦਰੀ ਸੀ ਮੁਸਲਮਾਨਾਂ ਦੀ? ਉਹ ਰਾਈ ਬਰਾਦਰੀ। ਉਹ ਰਾਈ ਬਰਾਦਰੀ ਦਾ ਸੀ? ਹਾਂ। ਠੀਕ ਹੈ, ਹੋਰ? ਤੇ ਜਿਹੜਾ ਸ਼ਾਮੂ ਗੁੱਜਰ ਸੀ ਉੱਥੇ ਗੁੱਜਰ ਤੇ ਸਿੱਖਾਂ ਦੇ ਘਰ। ਹਾਂ ਬਿਲਕੁਲ, ਹਾਂ ਬਿਲਕੁਲ ਠੀਕ ਹੈ, ਬਿਲਕੁਲ ਠੀਕ। ਜਿਹੜਾ ਸ਼ਾਮੂ ਵਾਲਾ ਸੀ ਉਹਦੇ ਤੇ ਚੰਦ ਘਰ ਗਰੀਬਾਂ ਦੇ ਮੁਸਲਮਾਨ ਸੀ, ਬਾਕੀ ਸਾਰੇ ਸਿੱਖ। ਸਿੱਖ ਸੀ ਇਹ ਜਿਹੜੇ ਸਿੱਖ ਬੈਠੇ ਸੀ ਸ਼ਾਮੂ ਵਾਲੇ ਦੇ ਵਿੱਚ? ਹਾਂ। ਇਹ ਤੁਹਾਨੂੰ ਪਤਾ ਵੀ ਇਹ ਸਿੱਖ ਜੱਟ ਸੀ ਜਾਂ ਕਿਹੜੇ ਸਿੱਖ ਸੀ? ਇਹ ਤਾਂ ਇਹਦੀਆਂ ਪਛਾਣਾਂ ਨਹੀਂ ਤੇ ਸਿੱਖ ਹੀ ਜੱਟ ਹੀ ਜੱਟ ਆਉਂਦੇ ਸੀ ਤੇ ਸਿੱਖਾਂ ਦੇ। ਅੱਛਾ ਅੱਛਾ ਅੱਛਾ, ਠੀਕ ਹੈ। ਤੇ ਹੁਣ ਉਹ ਜਿਹੜਾ ਸ਼ਾਮੂ ਵਾਲਾ ਸੀ ਉਹਦੇ ਚ ਇੱਕ ਸਰਦਾਰਾ ਜੱਟ ਸੀ ਤੇ ਮੇਰੇ ਪਿਓ ਦਾ ਬੇਲੀ ਸੀ। ਉਹਦਾ ਨਾਂ ਹੀ ਸਰਦਾਰਾ ਸੀ? ਸਰਦਾਰਾ ਸਿੰਘ। ਸਰਦਾਰਾ ਸਿੰਘ? ਹਾਂ। ਅੱਛਾ,
ਬੇਲੀ ਤੇ ਕਰੇ ਸੀ ਹਾਂ ਤੇ ਇੱਕ ਗੁਰਦਿਆਲ ਸਿੰਘ ਸੀ ਗੁਰਦਿਆਲ ਸਿੰਘ ਇਹ ਵੀ ਸ਼ਾਮੂ ਵਾਲੇ ਦਾ ਸੀ ਇਹ ਵੀ ਸ਼ਾਮੂ ਵਾਲੇ ਦਾ ਅੱਛਾ ਇਹ ਤੁਹਾਡੇ ਵਾਲਦ ਸਾਹਿਬ ਦਾ ਬੇਲੀ ਸੀ ਇਹ ਬੇਲੀ ਠੀਕ ਹੈ ਠੀਕ ਹੈ ਜੋ ਵੱਡੇ ਆਂਦੇ ਹੁੰਦੇ ਸੀ ਯਾਰ ਨਿਭਾਉਂਦੇ ਯਾਰੀਆਂ ਹਾਂਜੀ ਠੀਕ ਹੈ ਜਿਹੜਾ ਗੁਰਦਿਆਲ ਹੈ ਇਹਨੂੰ ਤਾਂ ਮੈਂ ਆਪਦੇ ਅੱਖਾਂ ਨਾਲ ਵੇਖਿਆ ਇਹਨਾਂ ਅੱਛਾ ਯਾਰੀ ਨਿਭਾਉਂਦੇ ਨੂੰ ਤੇ ਗੱਲ ਕਰਦੇ ਨੂੰ ਅੱਛਾ 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 ਤੇ ਸਰਦਾਰਾ ਸੀ ਜਿਹੜਾ ਉਹ ਸਾਡਾ ਪਿਓ ਮੇਰੇ ਨੇ ਗੱਲ ਸੁਣਾਈ ਸੀ ਹਿੰਦੁਸਤਾਨ ਦੀ ਠੀਕ ਹੈ ਵੀ ਬੇਲੀ ਬਣਨ ਲੱਗੇ ਤੇ ਰਿਸ਼ਤੇਦਾਰੀ ਦੇ ਵਿੱਚ ਆ ਕੇ ਥੋੜਾ ਜਿਹਾ ਆੜਾ ਬਾਣਾ ਬਣ ਗਿਆ ਉਹ ਆਖੇ ਵੀ ਮੈਂ ਨੀ ਇਹ ਬਣ ਦੇਣੀ ਮੇਰੇ ਪਿੱਪਲ ਦੇ ਨਾ ਆਉਂਦੀ ਕਿਉਂ ਮੇਰੇ ਪਿਓ ਨੇ ਆਖਿਆ ਵੀ ਅਸੀਂ ਆਪਦਾ ਹੱਕ ਵੱਲਣਾ ਤੇਰਾ ਤਾਂ ਵੱਲਣਾ ਨੀ ਉਹਨੇ ਆਖਿਆ ਮੈਂ ਬਣਦੇ ਨੀ ਇਹਨਾਂ ਮੇਰੇ ਬਾਪ ਨੇ ਆਖਿਆ ਸੀ ਬੜਾ ਚਿਹਰਾ ਬਣ ਗਿਆ ਜਿਹੜੇ ਚਿਹਰਾ ਬਣ ਗਿਆ ਤਾਂ ਡਿੱਗ ਕੇ ਮੇਰਾ ਪਿਓ ਗਿਆ ਸ਼ਾਮੂ ਵਾਲੇ ਅੱਛਾ ਜਾਓ ਮਾਰੀ ਬਾਜ ਸਰਦਾਰ ਸਿਓ ਬੰਦਾ ਉਹ ਕਾਣਾ ਸੀ ਛੁਪ ਕੇ ਰਹਿੰਦਾ ਜਿਵੇਂ ਹੁਣ ਲੋਕ ਛੁਪ ਕੇ ਰਹਿੰਦੇ ਅੱਛਾ ਪੁਲਿਸ ਪਾਸ ਮਗਰ ਲੱਗੀ ਹੋਣੀ ਹੈ ਨਾ ਮਗਰ ਲੱਗੀ ਹੋਣੀ ਉਹਦੀ ਮਾਈ ਨਿਕਲੀ ਮਾਈ ਨੇ ਜੇ ਲਿਆ ਕੇ ਆਖਿਆ ਭਾਈ ਕਹਿ ਜੀ ਉਹਨੇ ਆਖਿਆ ਸਰਦਾਰੇ ਮੈਨੂੰ ਉਹਨੇ ਆਖਿਆ ਅੰਦਰ ਬੈਠੇ ਜਿਹੜੀ ਗੱਲ ਕਰਨੀ ਜਾ ਕੇ ਕਰ ਗਿਆ ਮੈਂ ਆਈ ਗਈ ਚਾਚਾ ਜੀ ਆ ਜੀ ਬਾਬੇ ਆਖਿਆ ਵੀ ਇਹ ਗੱਲ ਉਹਨੇ ਆਖਿਆ ਚਾਚਾ ਤੈਨੂੰ ਪਤਾ ਮੈਂ ਆ ਕਾਲਾ ਬੰਦਾ ਅੱਛਾ ਉਹ ਜਗਰ ਮੈਂ ਨਾ ਕਰੀ ਤੇ ਪੁੱਤਰ ਜਿਹੜੇ ਰੋਈ ਦੇ ਬੂਟੇ ਹੁੰਦੇ ਸੀ ਨਾ ਰੋਈ ਦੇ ਬੂਟੇ ਠੀਕ ਹੈ ਰੇਤ ਦੇ ਇਲਾਕੇ ਦੇ ਉਹ ਮਣੇ ਮਣੇ ਕੰਧ ਹੁੰਦੇ ਸੀ ਠੀਕ ਹੈ ਤੇ ਵਿੱਚੋਂ ਵਿਹਲੇ ਹੁੰਦੇ ਇਹ ਬੈਠ ਕੇ ਜਿੰਨੇ ਵੀ ਇਹਨੂੰ ਵੀ ਥੋੜੇ ਠੀਕ ਹੈ ਉਹਨੇ ਆਖਿਆ ਫਲਾਣਾ ਬੂਟਾ ਜਿਹੜਾ ਅਸੀਂ ਉੱਥੇ ਬੰਦੇ ਬੈਠੇ ਹੋਵਾਂਗੇ ਜੇ ਬਣੇ ਗੜਬੜ ਅੱਛਾ ਤਾਂ ਪੱਲੂ ਮਾਰ ਦੇਣੀ ਇਸ਼ਾਰਾ ਦੇ ਦੇਣਾ ਸਾਨੂੰ ਇਸ਼ਾਰਾ ਕਰ ਦੇਣੀ ਅਸੀਂ ਜਾਣੀਏ ਤੇ ਲੋਕ ਜਾਣੇ ਅੱਛਾ ਤੂੰ ਬਾਹਰ ਨਹੀਂ ਨਿਕਲ ਠੀਕ ਹੈ ਤੇ ਬਾਰਾਂ ਵਜੇ ਤਾਈ ਨਿਕਲ ਠੀਕ ਹੈ ਉਹ ਬਰਾਦਰੀ ਸੀ ਰਾਤ ਨੂੰ ਸਹੀ ਗੱਲ ਹੈ ਵੀ ਬਰਾਦਰੀ ਨੇ ਉਹ ਮਾਮਲਾ ਸਹੀ ਕਰ ਦਿੱਤਾ ਅੱਛਾ ਸੁਲਾ ਹੋ ਗਈ ਕੰਧ ਆ ਗਈ ਕਰਨ ਲੱਗ ਪਾ ਉਹ ਫਿਰ ਉਹ ਇੱਕ ਰਹਿ ਜਾਂਦਾ ਪਿਆ ਉਹਨੂੰ ਉਹਨੇ ਬੁਲਾ ਉਹਨੂੰ ਆਖੀ ਹੁਣੇ ਸਾਨੂੰ ਆ ਕੇ ਦੱਸਣਾ ਬਾਬੇ ਕੁਮਾਰ ਜੀ ਨੂੰ ਆਖੀ ਚਾਚੇ ਨੂੰ ਬਈ ਸਰਦਾਰੇ ਅਸੀਂ ਬੈਠੇ ਨੇ ਜੇ ਐ ਲੋੜ ਤਾਂ ਆਈਏ ਅਤੇ ਜੇ ਨਹੀਂ ਤਾਂ ਫਿਰ ਅਸੀਂ ਆ ਰਹਿ ਕੇ ਟਿਕਾਣਾ ਕਰ ਜਾਈਏ ਬਿਲਕੁਲ ਠੀਕ ਹੈ ਹਾਂਜੀ ਬਿਲਕੁਲ ਠੀਕ ਬੰਦੇ ਨੇ ਮੈਂ ਬਾਬੇ ਕੁਮਾਰ ਜੀ ਨੂੰ ਮਿਲ ਜਾਣਾ ਔਰ ਹਾਂ ਬਈ ਬਾਬਾ ਮੈਨੂੰ ਸਰਦਾਰਾ ਸਿੰਘ ਜੱਟ ਨੇ ਆਖਿਆ ਹਾਂ ਵੀ ਅਸੀਂ ਅਜੇ ਬੈਠੇ ਹਾਂ ਤਿਆਰ ਇਹ ਹੈ ਕੰਮ ਤਾਂ ਆਈਏ ਜੀ ਤਾਂ ਉਹਨੇ ਆਖਿਆ ਪੁੱਤਰ ਮੈਂ ਤੇਰੇ ਤੇ ਰਾਜੀ ਹਾਂ ਜਾਓ ਤੁਸੀਂ ਜਾ ਕੇ ਆ ਕੇ ਸੁਲਾਓ ਠੀਕ ਹੈ ਹਾਂਜੀ ਠੀਕ ਹੈ ਉਹ ਤਾਂ ਅੱਛਾ ਅਤੇ ਜਿਹੜਾ ਗੁਰਦਿਆਲ ਜੱਟ ਸੀ ਗੁਰਦਿਆਲ ਸਿੰਘ ਆ ਗੁਰਦਿਆਲ ਸਿੰਘ ਸ਼ਿਕਾਰ ਖੇਡ ਗਿਆ ਮੈਂ ਕੋਲੇ ਹਾਂ ਅੱਛਾ ਇਹ ਨਹੀਂ ਕਿ ਪਾਸੇ ਮੇਰੇ ਪਿਓ ਨੂੰ ਆਉਂਦਾ ਚਾਚਾ ਹਾਂ ਪੁੱਤਰਾ ਆ ਰੌਲਾ ਪੈਂਦਾ ਫਿਰਦਾ ਹੈ ਤੇ ਕੀ ਬਣੇਗਾ ਅੱਛਾ ਮੇਰੇ ਪਿਓ ਨੇ ਆਖਿਆ ਕਿ ਦਿਆਲ ਤੇਰੀ ਪਾਵਰ ਨਹੀਂ ਮੈਨੂੰ ਰੱਖ ਲੈਣੀ ਤੇ ਮੈਂ ਤੈਨੂੰ ਰੱਖ ਲਵਾਂਗਾ ਵੀ ਅਗਰ ਇਹ ਇਲਾਕਾ ਪਾਕਿਸਤਾਨ 'ਚ ਸ਼ਾਮਿਲ ਹੋਇਆ ਜੇ ਤੁਹਾਨੂੰ ਉੱਠਣਾ ਪਿਆ ਨਾ ਤਾਂ ਤੂੰ ਉੱਠ ਜਾਵੀਂ ਬਾਲ ਬੱਚਾ ਕੱਢ ਦੇਵੀਂ ਮੈਂ ਸੰਭਾਲ ਲਵਾਂਗਾ ਜਦੋਂ ਤੁਸੀਂ ਜਾ ਕੇ ਅੱਗੇ ਜਿੱਥੇ ਬਹਿਣਾ ਆਇਆ ਬਹਿ ਗਏ ਹਾਂਜੀ ਮਹੀਨੇ ਪਿੱਛੋਂ ਵੀਹਾਂ ਦਿਨਾਂ ਪਿੱਛੋਂ ਦਸਾਂ ਦਿਨਾਂ ਪਿੱਛੋਂ ਆਵੀ ਆਪਦੀ ਮਾਂ ਤੋਂ ਬਾਲ ਬੱਚਾ ਲੈ ਜਾ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਅਤੇ ਉਹ ਗੁਰਦਿਆਲ ਦੀ ਜੱਟ ਦੀ ਗੱਲ ਮੈਨੂੰ ਅਜੇ ਬੜੀ ਯਾਦ ਹਨ ਹੋ ਸਕਦਾ ਉਹਦਾ ਕੋਈ ਪੋਤਰਾ ਹੋਵੇ ਤਾਂ ਪੁੱਤਰ ਸ਼ਾਇਦ ਮੁਸ਼ਕਿਲ ਹੀ ਹੋਵੇ ਹਾਂਜੀ ਗੱਲਾਂ ਤਾਂ ਸੁਣਦੇ ਹੀ ਰਹਿੰਦੇ ਨੇ ਲੋਕ ਠੀਕ ਹੈ ਹਾਂਜੀ ਹੁਣ ਕਦੋਂ ਦਾ ਬਾਬਾ ਆਦਮ ਹੋਇਆ
सूरज निकलने तो पहले बाली बाली चूड़ा ठीक है ओनू कलिया चाचे कुमार जी ने गल आखी गड्याल ने शिकार खेडदा तेरा तेरे नाल वायदा किया ओदे तो अज मैं बरी हुंदा अज उठ जाया जी रात नूं तुहानूं मिलटरी पै जाणी अच्छा उहने कहा बई अज उठ जाणा अज उठ जाया गड्याल जी ना रात नूं मिलटरी पैणी तुहानूं मिलटरी पै जाणी अच्छा 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 हां जी ਚੋਰੀ ਗੱਲ ਤੋਂ ਮੈਨੂੰ ਯਾਦ ਆਉਂਦਾ ਵੀ ਯਾਰ ਨਿਭਾਉਂਦੇ ਯਾਰ ਜਾਂ ਆਈ ਨਿਭਾਈਦੀਆਂ ਨੇ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਹਾਂਜੀ ਇਹਦਾ ਮਤਲਬ ਹੈ ਕਿ ਉੱਥੇ ਜਿਹੜੇ ਸਿੱਖ ਸਰਦਾਰ ਸੀ ਉਹਨਾਂ ਨੂੰ ਇਹ ਪਤਾ ਸੀ ਵੀ ਅੱਜ ਮੁਸਲਮਾਨਾਂ ਦੇ ਹਮਲੇ ਹੋਣੇ ਨੇ ਹੋਣੇ ਨੇ ਠੀਕ ਹੈ ਬਿਲਕੁਲ ਠੀਕ ਹੈ ਠੀਕ ਹੈ ਕਿਉਂ ਉੱਠਣ ਤੋਂ ਦੋ ਦਿਨ ਤੋਂ ਪਹਿਲੇ ਸੰਕਾ ਲੱਗੀ ਦਸਾਂ ਪਿੰਡਾਂ ਬਾਰਾਂ ਨੇ ਮਸ਼ਵਰਾ ਕੀਤਾ ਵੀ ਆਪਾਂ ਇਕੱਠੇ ਰਲ ਕੇ ਉੱਠਾਂਗੇ ਅੱਛਾ ਹਾਂਜੀ ਅੱਜ ਮਸ਼ਵਰਾ ਕੀਤਾ ਤੇ ਰਾਤੇ ਰਾਤ ਮਹਿਮਾ ਵੀ ਨਿਕਲ ਗਿਆ ਚੱਕ ਦਿਹਾੜੀਆਂ ਵਾਲਾ ਵੀ ਨਿਕਲ ਗਿਆ ਚੂਰ ਬੁਰਜ ਉਹ ਵੀ ਨਿਕਲ ਗਿਆ ਅੱਛਾ ਸਾਡੀ ਵਸੋਂ ਕੱਲੀ ਰਹਿ ਗਈ ਤੁਹਾਡੇ ਕੱਲਾ ਰਹਿ ਗਿਆ ਪਿੰਡ ਕਾਲੀ ਵਾਲਾ ਅੱਛਾ ਫਿਰ ਤੁਹਾਨੂੰ ਨਿਕਲਣਾ ਪਿਆ ਉੱਥੋਂ ਹਾਂ ਫਿਰ ਨਿਕਲਣਾ ਪਿਆ ਉਹ ਫਿਰ ਉਹ ਸੁਣ ਲੈ ਕੇ ਚਲੋ ਚੌਕ ਮੋੜ ਵਾਲੀ ਬੜੀ ਮਸ਼ਹੂਰ ਸੀ ਕੇਸ਼ਨ ਵੀ ਉਸ ਦਾ ਆਪਣੇ ਸਾਧ ਸਿੰਘ ਜੈਲਦਾਰ ਸੀ ਕਿਹੜਾ ਸੀ ਸਾਧੂ ਸਿੰਘ ਸਾਧੂ ਸਿੰਘ ਜ਼ੈਲਦਾਰ ਸੀ ਜ਼ੈਲਦਾਰ ਸੀ ਹਾਂ ਠੀਕ ਹੈ ਕਿ ਜਿਸ ਦਿਨ ਉੱਠਣੇ ਆ ਨਾ ਕੋਈ ਸੱਤ ਕੁ ਦਾ ਟਾਈਮ ਸਾਢੇ ਸੱਤ ਦਾ ਹੋ ਗਿਆ ਸੁਬਹਾ ਦਾ ਸੁਬਹਾ ਅੱਛਾ ਸਵੇਰ ਦੇ ਨਿਕਲਿਆ ਆ ਜੀ ਸਵੇਰ ਦਾ ਕੋ ਸਾਢੇ ਸੱਤ ਵਜੇ ਦਾ ਟਾਈਮ ਠੀਕ 8 ਵਜੇ ਦਾ ਹੋਵੇਗਾ ਠੀਕ ਬਸ ਇੰਨਾ ਕਿ ਹੋਵੇ ਠੀਕ ਹੈ ਉਹ ਸ਼ਾਮੂ ਵਾਲੇ ਆਇਆ ਤੇ ਸ਼ਾਮੂ ਵਾਲਾ ਤੇ ਟਾਲੀ ਵਾਲੇ ਦਾ ਫੈਸਲਾ ਥੋੜਾ ਹੀ ਸੀ ਠੀਕ ਹੈ ਬਾਰਾਂ ਚੌਦਾਂ ਕਿੰਨਿਆਂ ਦਾ ਠੀਕ ਹੈ ਇਹਦਾ ਘਰਾਂ ਕੋਲੀ ਉਹਨੇ ਬੰਦਾ ਘੱਲਿਆ ਵੀ ਕੁਮਾਰ ਜੀ ਨੂੰ ਵਟੂ ਨੂੰ ਆ ਕੇ ਮੇਰੀ ਗੱਲ ਸੁਣ ਬਾਬਾ ਤਿਆਰ ਹੋ ਗਿਆ ਮੇਰਾ ਪਿਓ ਤਾਇਆ ਜਾਣ ਲੱਗ ਵੀ ਉੱਥੋਂ ਕੀ ਬਣਦਾ ਪਿਆ ਤੇ ਮੇਰੇ ਪਿਓ ਨੇ ਆਖਿਆ ਤਾਏ ਨੂੰ ਅੱਲਾ ਤੇ ਭਰੋਸਾ ਤੇ ਤਕਵਾ ਰੱਖ ਮੈਂ ਇਹਨਾਂ ਨੂੰ ਆਵਾਜ਼ ਨਹੀਂ ਦਿੰਦਾ ਠੀਕ ਹੈ ਮੇਰਾ ਉਧਮ ਸਿੰਘ ਬੇਲੀ ਗਿਆ ਜਿਵੇਂ ਇੱਥੋਂ ਕੋਈ 20 ਫੁੱਟ ਜਾਂ 15 ਫੁੱਟਾਂ ਦੇ ਜਾਂ 25 ਫੁੱਟ ਕਰ ਲੈ ਮੇਰੇ ਪਿਓ ਨੇ ਆਖਿਆ ਜੱਟ ਆਪਣਾ ਮੈਂ ਤਾਂ ਹੱਥ ਬੁੱਥੜ ਪਿਆ ਲੈ ਤੂੰ ਤਾਂ ਰਾਇਫਲਾਂ ਵਾਲੇ ਛੱਲੇ ਅੱਛਾ ਤੇ ਉਹ ਸਾਧ ਸਿੰਘ ਜੈਲਦਾਰ ਨਾ ਫਸ ਗਿਆ ਦਾ ਨਹੀਂ ਬਟੂਆ ਤੇਰੀ ਹੱਦ ਪੂਰੀ ਹੋ ਗਈ ਹਾਂਜੀ ਹੁਣ ਮੈਂ ਆ ਲਾ ਆ ਕੇ ਜੱਫਾ ਪਾ ਕੇ ਮੈਂ ਆ ਮੇਰੇ ਪਿਓ ਨੂੰ ਕੀ ਆਉਂਦਾ ਅੱਖ ਮੀਟ ਦੀ ਤੇਰੀ ਚੂੜੀ ਵੀ ਪਾਕਿਸਤਾਨ ਚ ਪੰਜਾਬ ਜਾਂਦਾ ਅੱਛਾ ਅੱਛਾ ਉਹ ਜਿਹੜੇ ਮੇਰਾ ਚਾਚਾ ਸੀ ਨਾ ਮੇਰੇ ਮਾਮਾ ਯਾਰ ਉਹਦੇ ਨਾਲ ਲੱਗਦਾ ਉਹਦੇ ਨਾਲ ਲੱਗਦਾ ਸੀ ਲੱਗਦਾ ਨਹੀਂ ਬਣਦੀ ਸੀ ਆਪਸ ਅੱਛਾ ਤੇਰੀ ਚੂੜੀ ਵੀ ਪਾਕਿਸਤਾਨ ਪੰਜਾਬ ਜਾਂਦਾ ਤੇ ਅੱਜ ਮੌਕਾ ਹੀ ਅੱਖ ਮੀਟ ਦੀ ਅੱਜ ਬਈ ਨਿਕਲ ਜਾ ਤੂੰ ਨਹੀਂ ਵੀ ਅੱਖ ਮੀਟ ਦੀ ਅੱਖ ਮੀਟ ਦੀ ਸਬਰ ਕਰ ਦੀ ਵੀ ਸਬਰ ਕਰ ਦੀ ਆਹ ਕਿਸ ਗੱਲੋਂ ਸਬਰ ਕਰ ਦੀ ਬਈ ਤੇਰੀ ਚੂੜੀ ਵੀ ਪਾਕਿਸਤਾਨ ਦੇ ਪਿਆ ਵੀ ਅੱਜ ਤੁਸੀਂ ਸਬਰ ਕਰਕੇ ਨਿਕਲ ਜਾਓ ਨਹੀਂ ਸਬਰ ਨਾਲ ਬੈਠੇ ਰਹੋ ਬੈਠੇ ਰਹੋ ਤੇ ਉਹਨੂੰ ਜਿਹੜਾ ਪਹਿਲਾ ਟੈਲੀਫੋਨ ਸੀ ਉਹ ਕਿਉਂ ਬਣੀ ਸੀ ਪਹਿਲੀ ਜਿਹੜੀ ਖਬਰ ਆ ਗਈ ਸੀ ਉਹ ਸਹੀ ਰਾਤ ਨੂੰ ਪੱਕਾ ਵੀ ਪੈਣੀ ਹੈ ਹਾਂਜੀ ਅੱਛਾ ਮਿਲਟਰੀ ਪਈ ਵੀ ਪਿੰਡਾਂ ਦੇ ਵਿੱਚ ਪਈ ਉਹ ਸੁਣ ਲੈ ਉੱਥੇ ਖੜੇ ਸੰਗਤ ਰਾਮ ਹੁੰਦਾ ਸੀ ਇੱਕ ਉਹ ਡਿਪੂ ਦਾ ਹੁੰਦਾ ਡਿਪੂ ਚਲਾਉਂਦਾ ਸੀ ਖੰਡ ਵਾਲਾ ਉਦੋਂ ਖੰਡ ਡਿਪੂ 'ਚ ਮਿਲਦੀ ਸੀ ਠੀਕ ਹੈ ਤੇ ਉਹ ਘੋੜੀ ਭਜਾਈ ਆਇਆ ਬਾਬਾ ਬਾਬਾ ਹਾਂ ਲੋੜੇ ਦੇ ਗੱਡੇ ਵਾਲੇ ਖੜੇ ਤੇ ਉਹਨੇ ਆਖਿਆ ਚੰਗਾ ਬਟੂਆ ਹੁਣ ਮੈਨੂੰ ਭਰ ਕੇ ਆਇਆ ਜਿਹੜੇ ਦੱਸਣਾ ਹੈ ਮੇਰੇ ਪਿਓ ਨੇ ਆਖਿਆ ਤੈਨੂੰ ਦੱਸਾਂ ਹਾਂਜੀ ਉਹ ਉੱਧਰ ਨੂੰ ਘੋੜੀਆਂ ਭਜਾ ਗਿਆ ਹੁਣ ਕੱਲੀ ਤਾਂ ਜਾਣ ਸੀ ਮੇਰੇ ਪਿਓ ਦੀ ਠੀਕ ਹੈ
ਤੇ ਪਿੰਡ ਸੀ ਸਾਡਾ ਉੱਚੀ ਉੱਚੀ ਬੀਜ, ਯਕੀਨ ਕਰਕੇ ਜਾਣੀ ਸਾਰਾ ਪਿੰਡ ਨਾ ਉਹ ਦਿਨ ਵੇਖੀ ਜਾ ਸਾਰਾ ਪਿੰਡ। ਅੱਛਾ, ਇਸ ਲਈ ਮੇਰਾ ਆਬਾ ਤੇ ਉਹ ਵਾਪਸ ਆਇਆ ਤੇ ਸਾਡੇ ਪਿੰਡ ਦੇ ਤਰਖਾਣ ਸੀ ਉਹਨਾਂ ਦਾ ਖੜਾ ਸੀ, ਉੱਥੇ ਗੀਲੇ ਚੜਿਆ, ਲੋਕਾਂ ਆਖਿਆ ਹਾਂਜੀ, ਮੇਰੇ ਪਿਓ ਨੇ ਆਖਿਆ ਜਿੰਨਾ ਕਿਸੇ ਤੋਂ ਕੁਛ ਪੈਂਦਾ ਪਾ ਲਓ ਤੇ ਮੈਨੇ ਵਾਲੇ ਰਾਹ ਖਰਚੀਆਂ ਨੂੰ ਚੱਲੋ। ਠੀਕ ਹੈ, ਆਪਣੇ ਤੋਂ ਰਹਿ ਨਹੀਂ ਹੋਣਾ ਇੱਥੇ ਆਪਣਾ ਟਾਈਮ ਜੇ ਬਸ ਵੀ 12 ਵਜੇ ਤੋਂ ਪਹਿਲੇ ਪਹਿਲੇ ਆਪਦਾ ਰਾਹ ਮਾਰ ਚੱਲੋ, ਨਿਕਲ ਚੱਲੀਏ, ਨਹੀਂ ਤਾਂ ਕੁਛ ਨਹੀਂ ਬਚਾ। ਤੇ ਜਿਹਦੇ ਨਾਲ ਆਪਣੇ ਜਾਇਦਾਦ ਦਾ ਦੁਸ਼ਮਣੀ ਸੀ ਉਹਨੂੰ ਮੇਰੇ ਪਿਓ ਨੇ ਆਖਿਆ ਤੂੰ ਘੋੜੀ ਤੇ ਚੜ ਤੇ ਜਾ ਖਰਚੀਏ ਤੇ ਸਾਡਾ ਅੱਲਾ ਆਪ ਨਹੀਂ, ਉਹ ਤਾਂ ਗਿਆ ਚੱਲਣਾ ਨਾ ਜਿਹਨੇ ਉਹ ਸਭ ਆਇਆ ਨਾ ਰਾਮ ਸਿੰਘ ਸੰਗਤ ਰਾਮ ਉਹ ਡੀਪੂ ਵਾਲਾ ਬਾਬਾ ਬਾਬਾ ਉਹਨੂੰ ਸਾਹ ਸਿੰਘ ਨੂੰ ਆਉਂਦਾ ਵੀ ਲੋਹੜੇ ਦੇ ਗੱਡੇ ਬੜੇ ਖੜੇ ਨੇ ਤੇ ਉਹ ਉੱਧਰ ਨੂੰ ਘੋੜੀਆਂ ਭਜਾ ਗਏ ਤੇ ਬਾਬੇ ਨੂੰ ਆਉਂਦਾ ਚੰਗਾ ਬਟੂਆ ਸਲਾਮ ਸਾਹ ਸਲਾਮ ਤੇ ਕੱਲ ਨੂੰ ਫਿਰ ਦੱਸਣਾ ਸੀ ਬਾਬੇ ਆਖਿਆ ਚੰਗਾ। ਹਾਂਜੀ, ਉਹ ਫਿਰ ਲੋਹੜੇ ਦੇ ਉੱਥੇ ਆਪਣੇ ਇੱਕ ਡੋਗਰ ਵੀ ਮਾਰਿਆ ਗਿਆ, ਖਬਰ ਸੁਣੀ ਸੀ ਇੱਧਰ ਆ ਕੇ ਵੀ ਉਹ ਡੋਗਰ ਮਾਰਿਆ ਗਿਆ ਸੀ ਕਿਉਂਕਿ ਫਿਰ ਹਮਲਾ ਨਹੀਂ ਪਿਆ ਕਾਦਸ਼ਾਹ ਪਿੰਡਾਂ ਨੇ ਦੋ ਤਿੰਨ ਰਾਜ ਕੇ ਇੱਕ ਪਿੰਡ ਦਾ ਉੱਥੇ ਕੀ ਬਣਦਾ। ਕਿਹੜੇ ਪਿੰਡ ਨੇ ਹਮਲਾ ਕੀਤਾ ਸੀ ਉਹਨਾਂ ਡੋਗਰਾਂ ਤੇ? ਉਹ ਕੀਤਾ ਸੀ ਇਹਨੇ ਪਹਿਲੇ ਉਹਦਾ ਲੋਹੜੇ ਦੇ ਸੀ ਡੋਗਰ। ਲੋਹੜਾ ਕੀ ਸੀ? ਪਿੰਡ 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 ਲੋਹੜਾ ਪਿੰਡ ਲੋਹੜਾ ਉਹ ਉਹਨਾਂ ਡੋਗਰਾਂ ਤੇ ਹਮਲਾ ਦੇ ਲੋਹੜੇ ਦੋ ਤਿੰਨ ਪਿੰਡ ਇਕੱਠੇ ਉੱਠੇ ਸੀ ਨਾ ਤੇ ਜਿਹੜੇ ਝੋਕਦੇ ਵੀ ਤੇ ਪਰ ਹੋਰ ਠੀਕ ਦੋ ਪਿੰਡ ਜੱਟਾਂ ਦੇ ਉਹ ਵੀ ਠੀਕ ਹੈ ਉਹਨਾਂ ਨੇ ਫਿਰ ਉਹ ਹਮਲਾ ਕੀਤਾ ਕਾਫੀ ਨੁਕਸਾਨ ਹੋਇਆ ਤੇ ਅੱਜ ਫਰੀਦਕੋਟ ਦੇ ਵਿੱਚ ਮੇਰਾ ਸੱਕਾ ਮਸ਼ੇਰ ਮਾਰਿਆ ਗਿਆ। ਅੱਛਾ, ਇੱਕ ਸੱਕਾ ਮਸ਼ੇਰ ਇੱਕ ਸੱਕੇ ਮਸ਼ੇਰ ਦਾ ਪੁੱਤਰ। ਇਹ ਕਿਹੜੀ ਜਗ੍ਹਾ ਫਰੀਦਕੋਟ 'ਚ ਮਾਰਿਆ ਗਿਆ ਸੀ? ਇਹ ਜੀ ਆਪਣੇ ਪਿੰਡ ਸੀ ਸਾਦਕ, ਪਿੰਡ ਸਾਦਕ ਉੱਥੋਂ ਜਿਸਲੇ ਨਿਕਲੇ ਨਾ ਤੇ ਇੱਧਰ ਨੂੰ ਇੱਕ ਪਿੰਡ ਸੀ ਪਤਾ ਨਹੀਂ ਵੀ ਸਾਦਾ ਆ ਗਿਆ ਕਿ ਕਿਹੜਾ ਪਿੰਡ ਸੀ ਉੱਥੇ ਆ ਕੇ ਉਹਨਾਂ 'ਤੇ ਹਮਲਾ ਆਇਆ। ਇਹਦੇ ਅੱਬੇ ਦਾ ਸੱਕੇ ਮਾਮੇ ਦਾ ਆਬੂ ਮਾਰਿਆ ਗਿਆ। ਅੱਛਾ ਅੱਛਾ, ਸਾਨੂੰ ਬਾਬਾ ਜੀ ਇਹ ਦੱਸੋ ਵੀ ਜਿਹੜੇ ਹਮਲੇ ਹੋ ਰਹੇ ਸੀ ਮੁਸਲਮਾਨਾਂ 'ਤੇ ਇਹ ਆਮ ਲੋਕ ਕਰ ਰਹੇ ਸੀ ਜਾਂ ਮਿਲਟਰੀ ਕਰ ਰਹੀ ਸੀ ਉੱਥੋਂ ਦੀ? ਮਿਲਟਰੀ ਘੱਟ ਸੀ, ਜ਼ਿਆਦਾ ਜੱਟ ਕੌਮ ਕਰ। ਜੱਟ ਕੌਮ ਸੀ? ਸਿੱਖ। ਅੱਛਾ, ਸਿੱਖ ਸਿੱਖ ਇਕੱਲੇ ਸੀ ਜਾਂ ਨਾਲ ਨਾਲ ਵਿੱਚ ਹੋਰ ਕੌਮਾਂ ਵੀ ਹੈਗੀਆਂ? ਅੱਛੇ ਵੀ ਕਈ ਉਹਨਾਂ ਨੇ ਰਲ ਗਏ ਸੀ, ਕਈ ਕੌਮਾਂ ਰਲ ਗਈ। ਅੱਛਾ, ਮਿਲਟਰੀ ਨੇ ਤੂੰ ਤੁਹਾਨੂੰ ਤਾਂ ਕਹਿੰਦੇ ਨੇ ਕਿ ਮਿਲਟਰੀ ਪੈ ਜਾਣੀ ਹੈ, ਇਹਦਾ ਇਹ ਮਤਲਬ ਕਿ ਮਿਲਟਰੀ ਵੀ ਹਮਲੇ ਕਰਦੀ ਸੀ? ਉਹ ਰਿਆਸਤ 'ਚ ਆਮ ਨਹੀਂ ਸੀ ਨਾ ਰਾਜ ਫਰੀਦਕੋਟੀਏ ਨੇ ਕਰਨੀ, ਰਿਆਸਤੀ ਮਿਲਟਰੀ ਜਿਹੜੀ ਉਹ ਨੁਕਸਾਨ ਕਰਦੀ ਰਹੀ ਹੈ? ਕਰਦੀ ਰਹੀ। ਤੁਹਾਨੂੰ ਵੀ ਉਹਦਾ ਹੀ ਡਰ ਸੀ ਵੀ ਉਹਨੇ ਰਾਤ ਨੂੰ ਪੈ ਜਾਣਾ, ਔਰ ਜਿਹੜਾ ਗੁਰਦਿਆਲ ਸਿੰਘ ਨੇ ਸਰਿਆਂ ਘੱਲਿਆ ਸੀ ਵੀ ਰਾਤ ਨੂੰ ਤੁਹਾਨੂੰ ਮਿਲਟਰੀ ਨੇ ਪੈਣਾ, ਇਹਨਾਂ ਤਾਂ ਮਤਲਬ ਇਹ ਹੋਇਆ ਨਾ ਕਿ ਆਮ ਲੋਕਾਂ ਦੀ ਨਿਸਬਤ ਮਿਲਟਰੀ ਹੀ ਜ਼ਿਆਦਾ ਲੋਕਾਂ ਨੂੰ ਉਜਾੜ ਰਹੀ ਸੀ ਉੱਥੋਂ ਤੇ ਬਲਕਿ ਨੁਕਸਾਨ ਵੀ ਪਿੰਡਾਂ ਦੇ ਵਿੱਚ ਹੁੰਦੇ ਰਹੇ ਆ ਉਹਨਾਂ ਦੇ ਹੱਥੋਂ। ਅੱਛਾ, ਫਿਰ ਤੁਸੀਂ ਨਿਕਲ ਪਏ ਉੱਥੋਂ? ਆ ਫਿਰ ਅਸੀਂ ਉੱਥੋਂ ਨਿਕਲੇ। ਕਿੰਨਾ ਕੁ ਸਮਾਨ ਚੱਕ ਲਿਆ ਸੀ ਉਹ ਗੱਡੀਆਂ ਦੇ ਵਿੱਚ ਜਿੰਨਾ ਕੁ ਪੈਣਾ ਸੀ? ਅੱਛਾ, ਮੇਰਾ ਬਾਪ ਸੀ ਜਿਹੜਾ ਦਨਾਬ ਬੰਦਾ ਸੀ, ਲਾਈ ਬੰਦਾ ਸੀ, ਸੀਰੀ ਨੂੰ ਉਹਨੇ ਆਖਿਆ ਦਾਣੇ 5-7 ਮਣ ਪੀ ਲਓ, ਇਹ ਪਤਾ ਨੀ ਅੱਗੇ ਚੱਲ ਕੇ ਕਿੱਥੇ ਮਿਲਦਾ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ, ਇਹ ਦਨਾਵਾਂ ਬੰਦਿਆਂ ਦੀਆਂ ਗੱਲਾਂ। ਹਾਂਜੀ 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 ਜੀ ਜੀ। ਬਿਸਤਰੇ ਰੱਖੇ, ਮੁੱਠ ਦਾ ਮਾਲ ਸੀ ਉਹ, ਤੇ ਕੋਈ 10 ਕਮਾਣ ਦਾਣੇ ਪਾ ਲਏ, ਉਹ ਕਣਕ ਅਸੀਂ ਇੱਥੇ ਆ ਬੀਜੀ ਐਸ 34 ਟੂਹਲ ਦੇ ਵਿੱਚ। ਅੱਛਾ, ਉੱਥੋਂ ਦਾ ਬੀਜ ਨਾ ਐਸ 34 ਟੂਹਲ ਦੇ ਵਿੱਚ ਆ ਬੀਜਿਆ। ਤੇ ਕਿੰਨੇ ਕੁ ਵਜੇ ਨਿਕਲ ਪਿਆ ਸੀ ਉੱਥੋਂ? ਅਸੀਂ ਉੱਥੋਂ ਨਿਕਲੇ ਸੀ ਕੋਈ 10-11 ਦਾ। ਅੱਛਾ, ਰਾਹ ਦੇ ਵਿੱਚ ਕੀ ਮੰਜ਼ਰ ਵੇਖੇ ਤੁਸੀਂ? ਰਾਹ ਦੇ ਵਿੱਚ ਮੰਜ਼ਰ ਜਿਹੜਾ ਚੱਕ ਦਿਹਾੜੀਆਂ ਵਾਲਾ ਸੀ ਉਹ ਵੀ ਤਾਂ ਵਿਹਲਾ ਹੋਇਆ ਪਿਆ, ਵਿਹਲਾ ਹੋਇਆ ਪਿਆ। ਹਾਂ, ਅੱਛਾ, ਅੱਗੋਂ ਮਹਿਮਾ ਚੱਕ ਸੀ, ਹਾਂ ਉਹ ਵੀ ਵਿਹਲਾ ਹੋਇਆ ਪਿਆ, ਉਹ ਰਾਤੇ ਰਾਤ ਦੋਵੇਂ ਪਿੰਡ ਨਿਕਲ ਗਿਆ। ਠੀਕ ਹੈ, ਹਾਂਜੀ
ਉਥੋਂ ਮੈਨੇ ਅੱਗੇ ਫੇਰਾ ਦੋਵੇਂ ਨਹਿਰਾਂ ਜੋੜੀਆਂ ਸੀ ਬੀਕਾਨੇਰੀ ਤੇ ਇੱਕ ਬਾਬਲਕਨਾਥ ਕੱਚੀ ਸੀ ਇਹ ਪਾਰ ਟੱਪ ਕੇ ਅੱਗੇ ਖਲਚੀ ਪਿੰਡ ਸੀ ਖਲਚੀ ਮੋਹਰੇ ਵਾਲਾ ਗੁਲਾਮੀ ਵਾਲਾ ਪਿੰਡ ਸੀ ਤੇ ਉੱਥੇ ਮਿਰਜ਼ਾ ਸਾਹਿਬਜ਼ਾਦਾ ਦਾ ਦੇਸ਼ ਦੇਖ ਸੀ ਤੇ ਉਹਨੇ ਸਾਰਾ ਪ੍ਰੋਗਰਾਮ ਕੀਤਾ ਸੀ ਵੀ ਆਪਾਂ ਇਕੱਠੇ ਉੱਠਾਂਗੇ ਤੇ ਉਹ ਫਿਰ ਰਾਤੋਂ ਰਾਤ ਲੋਕ ਆਪੋ ਤਾਪ ਨਿਕਲ ਗਿਆ ਨਿਕਲ ਗਿਆ ਆਪਣੋ ਆਪਣੀ ਪੈ ਗਈ ਹਾਂ ਆਪੋ ਆਪਣੀ ਜਿਲੇ ਪਈਏ ਫਿਰ ਕਿਸੇ ਨੂੰ ਕੋਈ ਚੀਜ਼ ਯਾਦ ਨਹੀਂ ਰਹਿ ਗਈ ਜਦੋਂ ਪੁੱਤਰ ਆਪਦੀ ਪਈ ਹੋਵੇ ਨਾ ਖੁਦਾ ਦੀ ਕਸਮ ਕਿਸੇ ਦੀ ਨਹੀਂ ਹੈ ਸੋਚੇ ਦੀ ਬਿਲਕੁਲ ਠੀਕ ਹੈ ਮੌਸਮ ਬੜਾ ਮੇਰਾ ਸਕਾ ਮਸੇਰ ਮਾਰਿਆ ਗਿਆ ਉੱਥੇ ਉਹਦਾ ਪੁੱਤਰ ਮਾਰਿਆ ਗਿਆ ਉਹ ਨਹੀਂ ਸਾਨੂੰ ਦੇਤੇ ਠੀਕ ਹੈ ਠੀਕ ਹੈ ਠੀਕ ਤੇ ਜਿਹੜੇ ਤੁਸੀਂ ਆਏ ਹੋ ਕਾਫਲਾ ਰਾਜ ਤੁਸੀਂ ਕਿੱਡਾ ਕੁ ਵੱਡਾ ਕਾਫਲਾ ਸੀ ਤੁਹਾਡਾ ਕਾਫਲਾ ਸਾਡਾ ਜੀ ਛਿਆਂ ਸੱਤਾਂ ਪਿੰਡਾਂ ਦਾ ਸੀ ਰਾਜ ਪੜਾਓ ਤਾਂ ਨਹੀਂ ਕੀਤਾ ਕਿਤੇ ਰਾਜ ਪੜਾ ਦੋ ਕਿਹੜੀ ਕਿਹੜੀ ਜਗ੍ਹਾ ਪਹਿਲਾ ਪੜਾ ਤਾਂ ਹੈ ਛਾਵਣੀ ਕੋਲੇ ਫਿਰੋਜ਼ਪੁਰ ਛਾਵਣੀ ਫਿਰੋਜ਼ਪੁਰ ਛਾਵਣੀ ਕੋਲ ਪਹਿਲਾ ਪੜਾ ਸੀ ਤੁਹਾਡਾ ਉਸ ਤੋਂ ਪੱਕੀ ਸੀ ਨਾ ਤੇ ਆਖਿਆ ਲੈ ਵੀ ਇੱਥੇ ਸ਼ਾਮ ਹੋ ਗਈ ਲੈ ਵੀ ਇੱਥੇ ਹੁਣ ਡੇਰਾ ਲਾ ਦਿਓ ਤੇ ਆਪੋ ਆਪਣਾ ਪਾਣੀ ਪਕਾਓ ਠੀਕ ਹੈ ਡੰਗਰ ਸੀ ਲੋਕਾਂ ਨੇ ਗੱਡਿਆਂ ਨਾਲ ਬੰਨ ਲੈ ਪੱਠੇ ਰੱਥੇ ਸੀ ਜਿਹੜੇ ਆਮ ਖੜੇ ਸੀ ਵੱਢ ਲਿਆਂਦੇ ਲੰਮੇ ਹੀ ਪਾਉਣੇ ਸੀ ਕੁਤਰਨੇ ਕਿੰਨੇ ਸੀ ਬਿਲਕੁਲ ਠੀਕ ਹੈ ਅਣ ਪਾਣੀ ਖਾਧਾ ਬੰਨਿਆਂ ਨੇ ਜਾਇਦਾਰ ਨੇ ਆਖਿਆ ਵੀ ਹਰ ਪਿੰਡ ਦੇ ਚਾਰ ਚਾਰ ਬੰਦੇ ਸਾਰਾ ਦਿਨ ਠੀਕ ਹੈ ਆਵਾਜ਼ ਮਾਰੋ ਕਿਹੜਾ ਹੈ ਬੋਲੇ ਠੀਕ ਹੈ ਨਾ ਬੋਲੇ ਤਾਂ ਟਪਾ ਦਿਓ ਅੱਛਾ ਜੇ ਕੋਈ ਪਾਸੇ ਤੋਂ ਬੰਦਾ ਆਵੇ ਉਹਨੂੰ ਆਵਾਜ਼ ਮਾਰੋ ਜੇ ਬੋਲੇ ਤਾਂ ਠੀਕ ਹੈ ਨਹੀਂ ਤਾਂ ਟਪਾ ਦਿਓ ਨਹੀਂ ਤਾਂ ਟਪਾ ਠੀਕ ਕੀਤਾ ਠੀਕ ਕੀਤਾ ਅਮਰ ਸਕੂਨ ਨਾਲ ਸਾਰੀ ਰਾਤ ਆਦਮ ਪਿਆ ਲਿਆ ਅੱਛਾ ਸੁਭਾ ਹੀ ਉੱਠੇ ਚਲੋ ਵੀ ਐ ਟੱਪੀਏ ਤੁਰ ਜਾ ਤੈਨੂੰ ਪਤਾ ਵੀ ਉਧਰ ਵੀ ਕਾਫਲੇ ਇੱਧਰ ਵੀ ਜਾਂਦੇ ਸੀ ਜਿਹਨੇ ਐਟ ਦੇ ਨੇੜੇ ਆਏ ਐਟ ਤੋਂ ਵੀ ਨਹੀਂ ਟੱਪਿਆ ਜਾਂਦਾ ਉਧਰ ਕਾਫਲਾ ਆਉਂਦਾ ਪਿਆ ਤੇ ਇੱਥੇ ਪੜਾ ਕਰ ਦੇ ਕੋਈ ਇੱਕ ਦੋ ਦਾ ਟਾਈਮ ਹੋਵੇ ਉੱਥੇ ਡੇਰੇ ਲਾ ਤੇ ਉੱਠਾ ਸੱਤਾਂ ਪਿੰਡਾਂ ਨੇ ਉੱਥੇ ਡੇਰੇ ਲਾ ਤੇ ਜਿਸ ਵੇਲੇ ਆਦਾ ਅੰਨ ਪਾਣੀ ਪਕਾਇਆ ਖਾਧਾ ਗੱਡੀਆਂ 'ਤੇ ਬਹਿਣਾ ਸੀ ਅਤੇ ਉੱਧਰੋਂ ਡੰਗਿਆਂ ਨੂੰ ਲੋਕਾਂ ਨੂੰ ਪੱਠੇ ਆਉਂਦੇ ਪਾਏ ਜਿਹਨੇ ਸੁਭਾ ਆਈ ਕਰੋ ਵੀ ਤਿਆਰੀ ਅੱਠ ਸੱਤ ਕਿਲਾ ਟਾਈਮ ਹੋ ਗਿਆ ਜੇ ਆਈਟਮ ਬਣਾ ਪਏ ਮੈਂ ਗੱਡੀ 'ਤੇ ਬੈਠਾ ਜਿੱਦੀ ਆਹ ਮੋਟੀ ਨਾਲੀ ਹੈ ਨਾ ਇਹਦੀ ਮੋਟੀ ਸੱਬਲ ਸੀ ਸਾਡੀ ਸੱਬਲ ਜਿਹਦੇ ਨਾਲ ਟੋਇਆ ਖੱਟਾ ਜਿਹਦੇ ਨਾਲ ਟੋਇਆ ਅਤੇ ਉਹ ਗੱਡੇ ਦੀ ਵਿੱਚ ਨਹੀਂ ਸੀ ਅਤੇ ਉਹ ਮਿਲਟਰੀ ਵਾਲਾ ਹਿੰਦੂ ਸੀ ਉਹਨੇ ਉਹ ਕੱਢ ਲਈ ਅੱਛਾ ਹਾਂ ਪਾ ਟੱਪਿਆ ਹੈ ਜਿਹਦੇ ਗੰਡਾ ਸਿੰਘ ਵਾਲੇ ਮੈਦਾਨ ਦੇ ਵਿੱਚ ਅੱਠਾਂ ਸੱਤਾਂ ਪਿੰਡਾਂ ਨੇ ਡੇਰਾ ਲਾ ਤਾ ਉਹ ਮੇਰੇ ਸਾਹਿਬਜ਼ਾਦ ਦੀ ਗੱਲ ਮੈਨੂੰ ਬੜੀ ਯਾਦ ਉਹਨੇ ਆਖਿਆ ਵੀ ਇੱਥੇ ਡੇਰਾ ਲਾ ਦਿਓ ਡੇਰਾ ਲਾ ਦਿੱਤਾ ਹਰ ਪਿੰਡ ਦੇ ਚਾਰ ਪੰਜ ਪੰਜ ਬੰਦੇ ਆ ਗਏ ਜਿਵੇਂ ਜਿਵੇਂ ਆਪਾਂ ਪਿੱਛੇ ਬੰਨੇ ਸੁਆਂਦੇ ਨਹੀਂ ਬੈਠੇ ਸਾਂ ਨਾ ਇੱਕ ਦੂਜੇ ਦੇ ਦੁੱਖ ਸੁੱਖ ਦੇ ਆਮੀ ਇਸੇ ਤਰ੍ਹਾਂ ਇੱਕ ਮਾਰ ਸੀ ਉਹਦਾ ਨਾਂ ਨਹੀਂ ਮੈਨੂੰ ਯਾਦ ਦਿੱਤੀ ਉਹਨੇ ਆਖਿਆ ਮਿਰਜ਼ਾ ਜੀ ਇਹ ਗੱਲ ਹੁਣ ਦੁਖੀ ਕਰੋੜ ਆਪੋ ਆਪਣੀ ਝੰਡਾ ਪਾਪਣੀ ਜਿੱਥੇ ਮਰਜ਼ੀ ਕੋਈ ਜਾ ਠੀਕ ਹੈ ਉਹ ਜਾਇਦਾਦ ਨੇ ਫਿਰ ਵੀ ਆਖਿਆ ਵੀ ਮੈਂ ਗੁੱਸਾ ਨਾਰਾਜ਼ ਨਹੀਂ ਕਰਦਾ ਮੈਂ ਰਹਿਣਾ ਹੈ ਰਾੜੇ ਨਾ ਦੋ ਉਹ ਕਸੂਰ ਕੋਲੇ ਵੀ ਮੈਂ ਦੋਵੇਂ ਪਿੰਡ ਕਟਾਏ ਨੇ ਜੇ ਜਿੰਨਾ ਭਰਾਵਾਂ ਰਹਿਣਾ ਨਾ ਆ ਜਾਓ ਤੇ ਆਪਾਂ ਨਾਲ ਹੋਰ ਵੀ ਦੋ ਕਟਾ ਲਓ ਹਾਂਜੀ ਸਾਡੇ ਰਿਸ਼ਤੇਦਾਰ ਨੇ ਲਿਆਣੀ ਵੀ ਬੈਠੇ ਸੀ ਤੇ ਮੰਡੀ ਰਾ ਸਿੰਘ ਵੀ ਬੈਠੇ
क्यों भी किथे चलिए मशवरा किया भी रिश्तेदारी को फिक निकलना ते तोल दूर से ही सुहांदे कने कोल भइए ओना प्यार नहीं रह जांदा फिक निकलदे ने हां जी ते महीना बाद साल बाद मिलोगे ना चाहे जफे पा पा के मिलने भी की आखिरी गल है जब मुद्दा ने बिछड़े होंगे बिल्कुल इस गल सच्ची गल है ते ओ अल्लाह भाई के मेरे प्यो ने आखा भी नहीं आ पा के ना पत्थो जा बाबा क्या गड्डी से बैठा पत्थो आ गया गड्डे से मार तो फिर टुट के ही आना हाँ ठीक है ठीक है बाबा जी ये दसो उत्थे जिथे तुसी रहिंदे सी तुहाडे आसे पासे कोई मेला भी लगदा सी हाँ मेला लगदा केड़ी जगह ते मेला खाई लगदा खाई आ बड़ी मशहूर खाई फेमे की डोगरा वाली मशहूर खाई फेमे की डोगरा वाली आ उत्थे मेला अठ दिन मेला लगदा सी अठ दिन रहिंदा सी चौथी अस्सू दी शुरू हुंदा सी चौथी अस्सू दी शुरू हुंदा सी आ वेखण जांदे सी मैं एक ही वेखण गया की वेख्या सी ओ थण लै कोई गांठ साल की उम्र हो गई नौ दी हो गई जो मेला वेखण गया ठीक है जेले आना रात का कोई बारह एक का टाइम बंदे आने चलो भी मिठाई ले खरा खरा कि मैं आनंद था ठीक है अल्लाह नु प्यारा हो जाए ओ मैंने आला रे भी तू चोरी करी मैं मिठाई पावांगा अच्छा मार चंगा ठीक है ओयो के दो बजे ਬਾਣੀ ਹੁੰਦੇ ਸੀ ਕਰਾਰ ਚੋਲੀ ਦੇ ਰਾਣੀ ਝੂਠੇ ਖਾਧੀ ਗੱਲ ਤੈਨੂੰ ਪਹਿਲਾਂ ਨੀਂਦ ਤਾਂ ਖਰਾਬ ਨੀ ਹਾਂਜੀ ਉਹ ਮੈਂ ਹੀ ਝੋਲੀ ਕਰ ਦਿੰਦਾ ਉਹ ਚੋਂ ਮਠਿਆਈ ਲੱਡੂ ਹਾਂਜੀ ਉਹ ਜਿਹੜਾ ਕੁਛ ਪਾਉਂਦਾ ਉਹ ਦੇਖਦੇ ਬਾਬਾ ਚਾਹ ਟੋਲੀ ਭਰੀ ਜਾਂਦੀ ਨਾ ਜਾਂ ਮੈਂ ਇੱਕੋ ਹੀ ਮਾਰ ਦਿੰਦਾ ਕਹਿੰਦੇ ਚਲੋ ਬਾਕੀ ਅਗਲੇ ਮਾਰ ਤੋਂ ਲੈ ਲੈਂਦੇ ਕਹਿੰਦੇ ਕਰ ਚੀ ਬੱਤੀ ਸ਼ੇਰ ਮੈਂ ਇਕੱਠੀ ਉਹ ਤੁਹਾਡਾ ਬੋਲਾ ਹੋ ਜਾਏ ਤੁਹਾਡਾ ਤੀਹ ਬੱਤੀ ਸਿਰ ਮਠਿਆਈ ਮੇਲੇ ਤੋਂ ਮੇਲੇ ਤੋਂ ਪੈਸੇ ਵੀ ਦਿੱਤੇ ਹੀ ਐਵੇਂ ਮੁਫਤੀ ਚ ਇਕੱਠੀ ਕੀਤੀ ਗਏ ਜੋ ਪੈਸੇ ਉੱਥੇ ਕਾਹਦੇ ਦੇਣੇ ਅੱਛਾ ਬੜੇ ਫਿਰ ਤੁਸੀਂ ਤਾਂ ਤੀਸਰੇ ਦਿਨ ਦੀ ਗੱਲ ਆ ਦੂਸਰੇ ਦੀ ਖਾਣਾ ਲੱਗਾ ਤੇ ਉਹ ਪੁਲ ਸਾਰੇ ਨਾ ਪਿਛਾ ਟਾਂਦੇ ਸੀ ਬੰਦੇ ਬੈਂ ਸੀ ਉਹਦੇ ਕੋਲੇ ਜਿਵੇਂ ਆ ਭਾਈ ਮਹਿਮੂਦ ਕੋਲੇ ਛੋਟਾ ਉਹ ਸਿਪਾਹੀ ਮਾ ਹਾਡੋ ਪਿੱਛਾ ਹਾਡੋ ਪਿੱਛਾ ਹਾਡੋ ਪਿੱਛਾ ਜਿਹੜਾ ਪਿੰਡ ਮੇਰੇ ਪਿੰਡ ਦੇ ਲਹਿੰਦੇ ਬਣੇ ਸੀ ਚੋਕ ਕਾਗਜ਼ਾਂ ਦੇ ਵਿੱਚ ਟਹਿਰ ਸਿੰਘ ਸੀ ਨਾ ਤੇ ਉਹ ਵੀ ਚੋਕ ਗਿਆਨੀ ਵਾਲੀ ਬੜੀ ਮਸ਼ਹੂਰ ਸੀ ਠੀਕ ਹੈ ਤੇ ਉਹ ਗਿਆਨ ਸਿੰਘ ਜੱਟ ਸੀ ਨਾ ਜਿਹੜਾ ਉਹ ਬਰਦਾਸ਼ ਉਹਦੇ ਪੁੱਤਰ ਵੀ ਬਿਮਾਰ ਠੀਕ ਹੈ ਉਹ ਜਿਹੜੇ ਉਹਦਾ ਪੁੱਤਰ ਸੀ ਅਮਰ ਸਿੰਘ ਦਾ ਨਾਂ ਉਹ ਜਿਹੜੇ ਸਿਪਾਹੀ ਨੇ ਉਹਦੇ ਮਾਰਿਆ ਨਾ ਬੈਦ ਉਹ ਪਿਛਾ ਹਟ ਕੇ ਉਹਦੇ ਕੋਲ ਸਾਫਾ ਜਾਂਦੇ ਸੀ ਯਕੀਨ ਕਰਕੇ ਜਾਣੀ ਅੱਖੀ ਵੇਖਣ ਦਾ ਵਾਕਿਆ ਹੀ ਉਹ ਪਿਛਾ ਹਟਦਾ ਆਇਆ ਹਾਂਜੀ ਤੇ ਸਿਪਾਹੀ ਦੇ ਉਹ ਸਫਾ ਜੰਗ ਕੱਟਿਆ ਸਿਰ ਅੱਛਾ ਸਿਪਾਹੀ ਮੂਜਾ ਕੱਟਦਾ ਮਰ ਗਿਆ ਉਹਨਾਂ ਸਿਪਾਹੀ ਹਾਂ ਤੈਨੂੰ ਪਤਾ ਨੀ ਕਿਹੜਾ ਇੱਥੇ ਅਮਰ ਸਿੰਘ ਝੋਕੀਆ ਖੜਾ ਅੱਛਾ ਅਮਰ ਸਿੰਘ ਝੋਕੀਆ ਖੜਾ ਨਹੀਂ ਨਹੀਂ ਝੋਕੀਆ ਪਿੰਡ ਝੋਕ ਸੀ ਨਾ ਝੋਕੀਆ ਆ ਝੋਕੀਆ ਪਿੰਡ ਵੀ ਅਮਰ ਸਿੰਘ ਝੋਕੀਆ ਖੜਾ ਹੈ ਹਾਂ ਤੇ ਉਹ ਤਾਂ ਗੋਲੀ ਚੱਲ ਗਈ ਉੱਲਾ ਕਹਿੰਦਾ ਇੱਕ ਡੋਗਰ ਸੀ ਉਹ ਮਾਰਿਆ ਗਿਆ ਦੋ ਤਿੰਨ ਬੰਦੇ ਹੋਰ ਵੀ ਮਾਰੇ ਗਏ ਅੱਛਾ ਇਹ ਵੀ ਉੱਥੇ ਪਿੰਡ ਚ ਹੀ ਮਾਰੇ ਗਏ ਸੀ ਨਹੀਂ ਉਹ ਮੇਲੇ ਚ ਉਸ ਮੇਲੇ ਦੇ ਵਿੱਚ ਮੇਲੇ ਚ ਮੇਲੇ ਉਹ ਜਿਸਨੇ ਖਾੜੇ ਚ ਹੋਈ ਅਪੜਾ ਤਾਂ ਫੜੀ ਹਾਂਜੀ ਕੋਈ ਕਿਸੇ ਨੂੰ ਭੱਜਿਆ ਕੋਈ ਕਿਸੇ ਡਿਪਟੀ ਖੁਦ ਵੀ ਬੈਠਾ ਗਈ ਉਹਨੇ ਆਟੇ ਦੇ ਤਾਂ ਗੋਲੀ ਕਾ ਸ਼ੁਰੂ ਕਰ ਦਿੱਤਾ ਮੇਲੇ ਦੇ ਵੀ ਲੜਾਈਆਂ ਵੀ ਹੋ ਜਾਂਦੀਆਂ ਸੀ ਹੋ ਜਾਂਦੀਆਂ ਸੀ ਵਾਹ ਜੀ ਵਾਹ ਮੇਲੇ ਚ ਲੜਾਈਆਂ ਬੜੀਆਂ ਹੁੰਦੀਆਂ ਅੱਛਾ ਇੱਕ ਦੂਜੇ ਦੀ ਜ਼ਿੱਦ ਨਾਲ ਹੁਣ ਆ ਜਿਹੜਾ ਆਪਣੇ ਰਾਵਣ ਸੀ ਜੱਟਾਂ ਦਾ ਮਾਘੀ ਮੈਂ ਆਪਦੀ ਅੱਖੀ ਵੇਖੀ ਮੁਕਤਸਰ ਮੁਕਤਸਰ ਦੇ ਵਿੱਚ ਮਾਘੀ ਵੇਖੀ ਹੈ ਤੁਸੀਂ ਅੱਛਾ ਦੋ ਤਲਾ
मुसलमान भी जाते मुसलमान नहावन नहीं जाते वैसे मेला वेखण जाते मेला लगता से ना आठ दिन माल मंडी भी अच्छा मुसलमान सिखा आपस तालुकात किस तरह के पहले साल तो नहीं ना जो पता लग्या भी डाक खुल की चिट्ठियां जांदियां उन्हां नूं बेचारियां नूं की पता सी मेरे पिंड दे बेलियां जटा नु केड़े पिंड बैठे ने केड़े नहीं बैठे इधर फिर चार पांच खत मेरे प्यो ने लिख के कहने अच्छा सारे नु अपने गजाल सिंह नु भी सरदारे नु एक रंगा सिंह जाते सी हाँ जी ये पांच सत्त बेलिया नु लिख के कहने फिर खटक साहब शुरू हो गई उन्हें आख्या साडे नाल मुलाकात कर चलो जी मुलाकात का प्रोग्राम बन गया गंडा सिंह जाके की थी इधर भी पांच सात बंदे गए यकीन करके जानी अल्लाह जी किसने मैं असमैन जलाया थी ना वो दस रहा थी जिसी ने उन्हें वेख्या ना बाबे नू चिट्टा ही मार के रो बन जट टाई मार के रो बटू अज दस जो पा गया हाँ जी लड़ाई किने करवा दिती ये तो सानू अज दसो ए अनिल लाल नहीं जी कांग्रेस अच्छा ते अंग्रेज ना ए कांग्रेस ने कराई सिखां दा कोई जट्टां दा गुनाह नहीं अच्छा ये गल तुसी अपनी अखी वेखी कर रहे हो ए मैं आगे कन्नी सुनी अखी वेखी सिखां मुसलमाना दी कोई लड़ाई नहीं सी सरदार अब्दुल रब निस्तर चौधरी रहमत अली गुजर शेखुपुर दे इलाके दा ठीक है लामा अकबाल ते अपना कैदी आजम ये कांग्रेस से थी दो तीन बंदे होर सी उन्हां दे नाम नहीं मैनू याद उन्हें इन्हू आख्या ये कांग्रेस तेरा की करे ये तेरी दुश्मन जट अपने बेली ठीक है ते अज जटां दा भी पैला कर लै ते आप दा भी पैला कर लै ਆਪਦਾ ਹਿੱਸਾ ਥੋੜਾ ਜਿਹਾ ਵੱਖਰਾ ਕਰਾ ਜਿੱਟਾਂ ਦਾ ਵੀ ਭਲਾ ਕਰ ਲੈ ਆਪਣਾ ਵੀ ਭਲਾ ਕਰ ਲੈ ਤੇ ਆਪਾਂ ਵੱਖਰੇ ਹੋ ਚੱਲੀਏ ਵੱਖਰੇ ਅੱਛਾ ਅੱਛਾ ਇਹ ਫਿਰ ਇੱਕ ਸੰਕਲ ਦੀ ਇਹ ਨਪੋ ਗਿਆ ਪਾਕਿਸਤਾਨ ਬਣਿਆ ਸਾ ਚਾਰੇ ਸੂਬੇ ਪੰਜ ਜ਼ਿਲ੍ਹੇ ਜਿਹੜੇ ਨਾ ਫਿਰੋਜ਼ਪੁਰ ਦੇ ਇਹ ਗਏ ਜ਼ਿਲ੍ਹੇ ਇਹ ਪੰਜ ਤੋਂ ਜ਼ਿਲ੍ਹੇ ਤੁਹਾਨੂੰ ਇਹ ਸੀ ਵਿਸ ਤੋਂ ਇੱਧਰ ਲੜ ਜਾਣੇ ਆ ਇਹ ਅਜੇ ਸੀਗੇ ਅੱਛਾ ਸੂਬੇ ਪੰਜਾਬ ਦੇ ਵਿੱਚ ਸੀ दलीप सिंह थी मेरे ताए का पुत्र सी अल्लाह बख्शे अकबर दोवे बेली सी पक्के ठीक है जिवें बेली हुंदे ने पंद्री गिनी दसी गिनी भी गिनी उन्हें मिलना आना जो उठ के आया इधर इन्हें विखार कर लिया
ਉਹਨੇ ਵੀ ਫਿਰ ਉੱਧਰ ਖਾਦ ਲਿਆ ਕੇ ਕਰ ਲਿਆ। ਉਹ ਦਲੀਪ ਸਿੰਘ ਨੇ, ਉਹ ਬਾਬੇ ਗਿਆਨ ਸਿੰਘ ਦਾ ਪੁੱਤਰ ਸੀ, ਅਮਰ ਸਿੰਘ ਦਾ ਭਰਾ ਸੀ ਛੋਟਾ। ਕਿਹੜੇ ਪਿੰਡ ਦੇ ਸਨ? ਚੌਕ ਦੇ। ਚੌਕ ਦੇ ਸਨ ਇਹ ਵੀ? ਹਾਂ। ਚੌਕ ਦਾ ਪੂਰਾ ਨਾਮ ਕੀ ਸੀ? ਹੈਂ, ਚੌਕ ਟਹਿਲ ਸਿੰਘ ਕਾਗਜ਼ਾਂ ਦੇ ਵਿੱਚ। ਅੱਛਾ ਹਾਂ, ਉਹ ਵੀ ਚੌਕ ਗਿਆਨੀ ਵਾਲੀ ਬਾਜੀ। ਚੌਕ ਟਹਿਲ ਸਿੰਘ ਚੌਕ ਗਿਆਨੀ ਵਾਲੀ ਦੇ ਸਨ। ਅੱਛਾ, ਫਿਰ ਫਿਰ ਕੀ ਬਣਿਆ? ਉਹ ਜਿਹੜੇ ਉਹਨੇ ਖਤ ਲਿਖਿਆ ਨਾ, ਉਹ ਦਲੀਪ ਸਿੰਘ ਨੇ, ਉਹਦੇ ਖਤ ਦਾ ਸ਼ੇਰ ਮੈਨੂੰ ਅਜੇ ਯਕੀਨ ਕਰਕੇ ਜਾਣੀ ਯਾਦ। ਹਾਂ, ਕੀ ਸੀ ਸ਼ੇਰ? ਹਾਂਜੀ, ਐ ਸਵਾਹ ਨਾਮ ਖੁਦਾ ਦੇ ਕਾਰੀ ਕੁਵਾਰੀ ਫੇਰਾ, ਤੇ ਲੈ ਕੇ ਜਾਵੀ ਕਾਸਦ ਉੱਥੇ ਜਿੱਥੇ ਦਿਲਬਰ ਮੇਰਾ। ਵਾਹ ਵਾਹ। ਸੱਚੇ ਨੂੰ ਬੇਦਾਰ ਨਾ ਕਰਨਾ, ਤੇ ਮਜ ਖਬਗੀ ਬਚਾਵੇ, ਹਾਲ ਬਤਾ ਆਪ ਖੁਸ਼ੀ ਚ ਜਗ ਬੇਦਾਰੀ ਪਾਵੇ। ਵਾਹ ਵਾਹ ਵਾਹ। ਅੱਗੇ ਫਿਰ ਉਹਨੇ ਕੀ ਆਖਿਆ? ਇਹ ਜ਼ਿੰਦਗੀ ਬਲਾਸ ਕਿਤਾਬ ਉਹਦੇ ਸ਼ੇਰ ਉਹਨੇ ਲਿਖ ਕੇ ਕੱਢੇ। ਅੱਛਾ, ਤੇ ਦਿਆ ਸਿੰਘ ਨੇ ਬਣਾਈ। ਜ਼ਿੰਦਗੀ ਬਲਾਸ ਕਿਤਾਬ ਦਾ ਨਾਮ। ਠੀਕ ਹੈ। ਹਾਂਜੀ, ਹਾਂ, ਮੈਂ ਹੁਣ ਉਹਦਾ ਨਾਮ ਨਹੀਂ ਲੈਂਦਾ, ਮੈਂ ਤੇਰਾ ਨਾਮ ਵੀ ਸੁਣਾ ਲਾ। ਠੀਕ ਹੈ ਠੀਕ। ਜਿਹਦਾ ਆਗਲ ਦਾ ਫਿਕਰ ਤੂੰ ਅੱਜ ਕਰ ਲੈ। ਇੱਕ ਜੱਟ ਸਿੱਖ ਹੋ ਕੇ ਮੁਸਲਮਾਨ ਨੂੰ ਦੋਸਤੀ ਦੇ ਲਿਹਾਜ਼ ਤੇ ਸ਼ੇਰ ਤੇ ਖਤ ਲਿਖਦਾ ਪਿਆ। ਜਿਹਦਾ ਆਗਲ ਦਾ ਫਿਕਰ ਤੂੰ ਅੱਜ ਕਰ ਲੈ, ਖਬਰੇ ਚੱਲਣਾ ਛੱਡ ਜਾਣ ਭਰ ਕੇ। ਜਿਹਦਾ ਮੋਮਨਾ ਪੜੀ ਸਪਾਰਿਆਂ ਨੂੰ, ਸ਼ਾਇਦ ਪੜ੍ਹਨਾ ਮਿਲੇ ਨਾ ਮਿਲੇ ਕੁਰਾਨ ਪਰ, ਖਬਰ ਨਹੀਂ ਹੈ ਨਬੀ ਯੂਸਫਾਂ ਨੂੰ, ਛੱਡ ਜਾਵੀਏ ਮੁਲਕ ਕੇ ਨਾਂ ਭਰ ਕੇ। ਵਾਹ। ਖਬਰ ਨਹੀਂ ਹੈ ਨਾ ਬੁਰਜ ਬਰਾਨੀਆਂ ਨੂੰ, ਆਰੀ ਨਾਲ ਕੀ ਕਰੇ ਤਰਖਾਣ ਭਰ ਕੇ। ਖਬਰ ਨਹੀਂ ਕਿ ਅਤਰ ਫਲੇਲ ਮਿਲੇ, ਖਬਰ ਨਹੀਂ ਕਿ ਜੰਗਲੀ ਸਥਾਨ ਭਰ ਕੇ। ਵਾਹ। ਹਾਂਜੀ, ਖਬਰ ਨਹੀਂ ਕਿ ਜ਼ਿੰਦਗੀ ਬਹੁਤ ਬਾਕੀ, ਖਬਰ ਨਹੀਂ ਕਿ ਖਤਮ ਬਿਆਨ ਭਰ ਕੇ। ਹਾਂਜੀ, ਜਿਹਨਾਂ ਮੇਰੇ ਆਏ ਕਾਸ ਨੂੰ ਮੇਲ ਮਲ ਪੱਲੇ ਪੈਣਾ ਹੀ ਕਬਰਸਤਾਨ ਭਰ ਕੇ। ਵਾਹ ਵਾਹ। ਹਾਂਜੀ, ਉਹਨੇ ਖਤ ਚ ਲਿਖਿਆ, ਸਿਆਰ ਚ ਆਉਣਾ ਪਤਾ ਰੱਬ ਕਰੀਮ ਤਾਈ, ਕਾਇਮ ਰਹਿ ਨਾ ਰਹਿ ਜਮੀ ਅਸਮਾਨ ਭਰ ਕੇ। ਵਾਹ ਜੀ ਵਾਹ, ਵਾਹ ਵਾਹ ਜੀ। ਇਹਨੇ ਨੇ ਅੱਲਾ ਨੂੰ ਪਤਾ। ਕਿਆ ਬਾਤ, ਕਿਆ ਬਾਤ। ਅੱਛਾ, ਤੁਹਾਡੇ ਦਲੀਪ ਸਿੰਘ ਦੇ ਸ਼ੇਰ ਸਾਈ? ਪਤਾ ਨੀ ਉਹਦੇ ਹੁਣ ਪੁੱਤਰ ਪੋਤਰੇ ਕੋਈ ਹੈਗੇ ਨੇ ਖੜੇ, ਬਾਬੇ ਵੀਰ ਨੂੰ ਵੀ ਯਾਦ ਕਰਦੇ ਨੇ ਕਿੰਨੇ। ਅੱਛਾ 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 ਅੱਛਾ। ਤੁਹਾਡੇ ਨੇੜੇ ਬੇਲੀ ਚਿੰਨ ਸੀ ਉੱਥੇ, ਇੱਕ ਖਜ਼ਾਨਾ ਖੱਤਰੀ ਸੀ, ਉਹਦਾ ਪੁੱਤਰ ਸੀ ਮਨੋਹਰ ਲਾਲ, ਤੇ ਉਹ ਮਾਈ ਦਾ ਉਹਦੀ ਜਿਹੜੇ ਖਜ਼ਾਨੇ ਦੇ ਘਰੋਂ ਸੀ ਨਾ, ਉਹਦਾ ਨਾਂ ਹੁਕਮਾ ਸੀ। ਠੀਕ ਹੈ। ਇੱਕ ਹਲਾਰੀ ਰਾਮ ਸੀ, ਤੇ ਉਹਦਾ ਪੁੱਤਰ ਸੀ, ਉਹਦਾ ਨਾਂ ਸੀ ਗੁਰਦਾਸ ਰਾਮ। ਇਹ ਕਿਹੜੇ ਪਿੰਡ ਦੇ ਸਨ? ਇਹ ਮੇਰੇ ਪਿੰਡ ਦੇ ਵਿੱਚ ਦੁਕਾਨ ਪਾਈਆਂ। ਤੁਹਾਡੇ ਪਿੰਡ ਦੇ ਵਿੱਚ ਦੁਕਾਨਾਂ ਸੀ? ਨਾ। ਠੀਕ ਹੈ ਠੀਕ। ਤੇ ਹਲਾਰੀ ਰਾਮ ਸੀ ਜਿਹੜਾ ਪੁੱਤਰ ਉਹਦਾ ਸ਼ਾਮੂ ਵਾਲੀ ਦੁਕਾਨ ਪਾਈ ਸੀ, ਤੇ ਉਹਦੇ ਪਿਓ ਨੇ ਇੱਥੇ ਪਾਈ ਸੀ। ਤੇ ਉਹ ਗੁਰਦਾਸ ਦੇ ਦੋ ਪੁੱਤਰ ਸੀ, ਵੱਡਾ ਰਾਮ ਲਾਲ ਸੀ, ਛੋਟਾ ਸੰਗਤ ਰਾਮ। ਛੋਟਾ ਸੰਗਤ ਰਾਮ। ਹਾਂ ਠੀਕ ਠੀਕ। ਜੋ ਕਦੇ ਕਦੇ ਨਾ ਐਵੇਂ ਬੈਠੇ, ਉਹ ਗੁਰਮੁਖੀ ਚ ਪੜ੍ਹਦੇ, ਈੜਾ ਆੜਾ ਸੱਸਾ ਲੱਲਾ ਡੱਡਾ ਜੱਜਾ ਗੱਗਾ, ਇਹ ਹਰਮਨ ਨੂੰ ਯਾਦ ਸੀ। ਅੱਛਾ ਅੱਛਾ। ਆਪਣੀ ਅਰਬੇ ਪੇਚ ਇਹ ਹੁੰਦੀ ਆ ਗਈ ਸਰ। ਬਾਬਾ ਜੀ, ਪੜੀਆਂ ਪੜੀਆਂ ਲਿਖੀਆਂ ਗੱਲਾਂ ਕਰਦੇ ਹੋ ਤੁਸੀਂ, ਤੇ ਕਿੰਨਾ ਪੜ੍ਹੇ ਸੀ ਉੱਥੇ? ਹੈਂ, ਪੜ੍ਹੇ ਹੋ? ਉਹਨੇ ਮੈਂ ਦੂਸਰੀ ਸੀ। ਕਿਹੜੇ ਸਕੂਲੇ ਪੜ੍ਹਦੇ ਸੀ? ਚੱਕ ਦਿਹਾੜੀਆਂ ਵਾਲੇ। ਚੱਕ ਦਿਹਾੜੀਆਂ ਵਾਲੇ ਮਾਸਟਰ ਸਮਾਇਲ ਸੀ ਸਾਡਾ। ਹਾਂ, ਮੇਰੇ ਕਲਾਸ ਬੈਠਾ ਸੀ ਉੱਥੋਂ ਦੇ। ਉਹ ਕਲਾਸ ਸਫਰ ਸੀ ਮੀਆਂ, ਮੀਆਂ ਕੁਦਰਤ ਚੱਲਿਆ ਦਾਇਦਾਰ ਸੀ ਨਾ, ਚੱਕ ਦਿਹਾੜੀਆਂ ਵਾਲਾ, ਉਹਦਾ ਪੁੱਤਰ ਸੀ ਸਫਰ। ਅੱਛਾ। ਇੱਕ ਉਹਦਾ ਵੱਡਾ ਮੀਆਂ ਕੁਦਰਤ ਚੱਲਿਆ ਦਾ ਜਿਹੜਾ ਵੱਡਾ ਪੁੱਤਰ ਸੀ ਨਾ, ਅਬਦੁਲ ਨਜ਼ੀਰ, ਤੇ ਉਹਦਾ ਬੇਟਾ ਸੀ ਮੁਨੱਵਰ, ਉਹ ਵੀ ਮੇਰਾ ਕਲਾਸ ਫੈਲੋ ਸੀ। ਅੱਛਾ ਅੱਛਾ ਅੱਛਾ। ਦੋ ਤਿੰਨ ਸ਼ੇਖਾਂ ਦੇ ਛੋਰ ਸੀ ਪਾਵੜੀਆਂ ਦੇ। ਕੋਈ ਸਿੱਖ ਮੁੰਡੇ ਵੀ ਆਇਆ ਸੀ? ਹੈਂ, ਸਿਰੇ ਸਿੱਖ ਕੋਈ ਸੀ। ਠੀਕ। ਲਓ ਜੀ ਬਾਬਾ ਜੀ, ਤੁਹਾਡੇ ਨਾਲ ਗੱਲ ਕਰਕੇ ਸਾਨੂੰ ਬੜਾ ਚੰਗਾ ਲੱਗਿਆ ਤੇ ਬੜਾ ਸਵਾਦ ਆਇਆ ਤੇ ਰੂਹ ਰਾਜ਼ੀ ਹੋ ਗਿਆ, ਸੱਚੀ ਗੱਲ ਜੀ। ਤੇ ਜਿਉਂਦੇ ਵਸਦੇ ਰਹੋ, ਕਦੇ ਫਿਰ ਰੱਬ ਨੇ ਜੇ ਚਾਹਿਆ ਹਯਾਤੀ ਰਹੀ, ਫਿਰ ਤੁਹਾਡੇ ਨਾਲ ਮੇਲੇ ਹੋਣਗੇ। ਠੀਕ ਹੈ ਜੀ, ਗੱਲਾਂ ਆਪਾਂ ਖੁੱਲ ਕੇ ਕਰਾਂਗੇ। ਤੇ ਹੁਣ ਸਾਨੂੰ ਇੱਕ ਜਿਹੜਾ ਨਾ
आखरी दा मेरा एक सुन ला। हाँ। सजना रब वाले ते फेर कदे सुनावांगा तैनू, मर गया तो पढ़ कर फाते हो तुसी बख्श छड्या जे मैनू। ओए होए होए होए, बैठो बैठो। वाह जी वाह जी वाह जी, बाबा जी बड़ी गल है। ते जांदी जांदी वार असीं भी तुहानू फिर शेर सुना के अल्लाह हाफिज़ कहने आ कि रही हयाती फिर मिलांगे, कुछ पुछां कुछ दसांगे। रही हयाती फिर मिलांगे, कुछ पुछां कुछ दसांगे। दुख सुख सारे सांझे अपने, मिल के रोवां हसांगे। रही हयाती फिर मिलांगे। अल्लाह सोने दे हवाले, अल्लाह बिल्ली रब रखा। हाँ ठीक है ठीक है। वाह वाह, आहा बल्ले।